ਹਾਂਜੀ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਆਪਣਾ ਅਗਲਾ ਟੌਪਿਕ ਤੁਸੀਂ ਦੇਖ ਹੀ ਲਿਆ ਹੋਊਗਾ, ਲਿਪੀ ਬੋਧ ਦੇ ਬਾਰੇ ਆਪਾਂ ਗੱਲ ਕਰਾਂਗੇ। ਇਹ ਆਪਣਾ ਜਿਹੜਾ ਲੈਕਚਰਾਰ ਵਾਲਾ ਜਿਹੜਾ ਹੈਗਾ ਸਿਲੇਬਸ, ਉਹਦੇ ਵਿੱਚ ਲਿਪੀ ਬੋਧ ਜਦੋਂ ਤੁਸੀਂ ਦੇਖਦੇ ਹੋ, ਭਾਗ ਪਹਿਲੇ ਦੇ ਵਿੱਚ ਵੀ ਦੇ ਰੱਖਿਆ ਲਿਪੀ ਬੋਧ, ਉਹਦੇ ਵਿੱਚ ਤਾਂ ਦਿੱਤਾ ਵੀ ਗੁਰਮੁਖੀ ਲਿਪੀ ਵਰਨਮਾਲਾ ਅੱਖਰ ਅਤੇ ਲਗਾਖਰ ਅਤੇ ਦੁੱਤ ਅੱਖਰ ਬਾਰੇ ਗੱਲ ਕਰਨੀ ਹੈ। ਫਸਟ ਗ੍ਰੇਡ ਦੀ ਗੱਲ ਕਰ ਰਿਹਾ ਮੈਂ। ਇਹ 4 ਨੰਬਰ ਟੌਪਿਕ ਦੇ ਰੱਖਿਆ ਤੁਹਾਡੇ ਭਾਗ ਪਹਿਲੇ ਦੇ ਵਿੱਚ, ਸਿਲੇਬਸ ਤੁਸੀਂ ਦੇਖ ਹੀ ਰਹੇ ਹੋ ਆਪਣਾ। ਅਤੇ ਸੈਕਿੰਡ ਗ੍ਰੇਡ ਦੇ ਵਿੱਚ ਵੀ ਦਿੱਤਾ ਹੋਇਆ 3 ਨੰਬਰ ਟੌਪਿਕ ਹੈ ਲਿਪੀ ਬੋਧ। ਅੱਛਾ, ਇਹ ਜਿਹੜੀ ਲਿਪੀ ਬੋਧ ਹੈ ਇਹ ਨਿੱਘੀ ਮਤਲਬ ਕਲਾਸ, ਇਹ ਕਲਾਸ ਕਿਹੜੀ ਹੈ? ਹੁਣ ਤੁਸੀਂ ਆ ਜਾਓ, ਹਾਂ ਸੈਕਿੰਡ ਗ੍ਰੇਡ ਵਾਲੇ ਦੇਖੋ, ਜਿਹੜਾ ਤੁਸੀਂ ਦਿੱਤਾ ਹੋਇਆ ਨਾ ਆਧੁਨਿਕ ਪੰਜਾਬੀ ਸਾਹਿਤ, ਉਹਦੇ ਵਿੱਚ 5 ਨੰਬਰ ਪੰਜਾਬੀ ਵਾਰਤਕ ਹੈ, ਉਸ ਤੋਂ ਬਾਅਦ ਦੇ ਰੱਖਿਆ 5 ਅਤੇ 6 ਨੰਬਰ ਜਿਹੜੇ ਦਿੱਤੇ ਹੋਏ ਆ, ਉਹਦੇ ਵਿੱਚ 6 ਨੰਬਰ ਹੈ ਜਿਹੜਾ ਉਹ ਦਿੱਤਾ ਹੋਇਆ ਵੀ ਗੁਰਮੁਖੀ ਲਿਪੀ ਜਨਮ ਵਿਕਾਸ ਅਤੇ ਵਿਸ਼ੇਸ਼ਤਾਵਾਂ। ਆਪਾਂ ਇਹ ਉਹ ਕਲਾਸ ਹੈ ਆਪਣੀ ਜਿਹਦੇ ਵਿੱਚ ਗੁਰਮੁਖੀ ਲਿਪੀ ਦੇ ਜਨਮ ਬਾਰੇ, ਉਹਦੇ ਵਿਕਾਸ ਨਿਕਾਸ ਅਤੇ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ ਹੈ। ਫਸਟ ਗ੍ਰੇਡ ਵਾਲਿਆਂ ਦੇ ਟੌਪਿਕ ਕਿੱਥੇ ਪਿਆ? ਇਹ ਟੌਪਿਕ ਹੈਗਾ ਹੈ, ਹਾਂਜੀ ਇਹ 10 ਨੰਬਰ ਟੌਪਿਕ ਹੈ, ਇਹ ਤੁਹਾਡਾ ਭਾਗ ਦੂਜੇ ਦੇ ਵਿੱਚ 10 ਨੰਬਰ ਟੌਪਿਕ ਜਿਹੜਾ ਤੁਹਾਡਾ ਹੈ ਉਹ ਹੈਗਾ ਵੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ ਵਿਕਾਸ ਅਤੇ ਵਿਸ਼ੇਸ਼ਤਾਵਾਂ। ਪੰਜਾਬੀ ਭਾਸ਼ਾ ਦੀ ਵੀ ਆਪਾਂ ਗੱਲ ਕਰਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਦਾ ਨਿਕਾਸ ਵਿਕਾਸ ਅਤੇ ਵਿਸ਼ੇਸ਼ਤਾਵਾਂ, ਮਤਲਬ ਇਹਦਾ ਜਨਮ ਨਿਕਾਸ ਵਿਕਾਸ ਜੋ ਵੀ ਹੈ ਦਿੱਤਾ ਹੋਇਆ ਉਹਦੇ ਬਾਰੇ ਆਪਾਂ ਪ੍ਰੋਪਰ ਚਰਚਾ ਕਰਨੀ ਹੈ। ਇਹਦੇ ਵਿੱਚੋਂ ਪ੍ਰਸ਼ਨ ਬਹੁਤ ਬਣਨਗੇ, ਡਾਇਰੈਕਟ ਤੁਹਾਨੂੰ ਦੱਸਦਾ ਜਾਊਂਗਾ ਵੀ ਪ੍ਰਸ਼ਨ ਬਣਾਉਣੇ ਕਿਵੇਂ ਹੈ। ਕੁਝ ਕੁ ਤਾਂ ਪ੍ਰਸ਼ਨ ਇਸ ਤਰ੍ਹਾਂ ਦੇ ਹੈ ਵੀ ਜਿਹੜੇ ਮਤਲਬ ਬੜੇ ਬੇਸਿਕ ਜਿਹੇ ਬਣਦੇ ਹੈ, ਕੁਝ ਪ੍ਰਸ਼ਨ ਹੈ ਜਿਹੜੇ ਤੁਹਾਨੂੰ ਪਤਾ ਹੀ ਹੈ, ਕੋਮਨ ਜੀ ਗੱਲ ਹੈ, ਹਾਰਡ ਬਣਨਗੇ ਹੀ ਤੁਹਾਡੇ ਵਾਸਤੇ, ਤਾਂ ਚਾਹੇ ਤੁਸੀਂ ਸੈਕਿੰਡ ਗ੍ਰੇਡ ਹੋ ਚਾਹੇ ਫਸਟ ਗ੍ਰੇਡ ਹੋ। ਹਾਂ, ਥਰਡ ਗ੍ਰੇਡ ਦੇ ਵਿੱਚ ਵੀ ਹੈਗਾ ਲਿਪੀ ਬੋਧ, ਪਰ ਉਹ ਲਿਪੀ ਦੇ ਇਤਿਹਾਸ ਬਾਰੇ ਨਹੀਂ ਗਾ, ਆਪਾਂ ਗੱਲ ਕਰਾਂਗੇ ਲਿਪੀ ਦੇ ਇਤਿਹਾਸ ਬਾਰੇ। ਜਿਹੜਾ ਦੂਸਰਾ ਵਰਣਮਾਲਾ, ਲਗਾਖਰ, ਦੁੱਤ ਅੱਖਰ ਹੈ ਜਿਹੜੇ ਸੰਯੁਕਤ ਅੱਖਰ ਜਿਹਨਾਂ ਨੂੰ ਆਪਾਂ ਕਹਿ ਦਿੰਦੇ, ਉਹਨਾਂ ਬਾਰੇ ਆਪਾਂ ਇੱਕ ਹੋਰ ਕਲਾਸ ਉਹਨਾਂ 'ਤੇ ਚਰਚਾ ਕਰਾਂਗੇ। ਲਓ ਜੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਕੰਮ ਦੀਆਂ ਗੱਲਾਂ ਦੇਖੋ ਕੀ ਹੈ। ਜਿਹੜੀ ਭਾਸ਼ਾ ਜਾਂ ਬੋਲੀ ਹੈ ਉਹ ਤਾਂ ਹੈਗੀ ਆ ਸਾਡੇ ਭਾਵਾਂ ਦੀ ਪੁਸ਼ਾਕ। ਸਾਡੇ ਭਾਵਾਂ ਨੂੰ ਪੁਸ਼ਾਕ ਕਿਹੜੀ ਚੀਜ਼ ਦਿੰਦੀ ਹੈ? ਉਹ ਹੈਗੀ ਹੈ ਜੀ ਸਾਡੀ ਭਾਸ਼ਾ। ਅਤੇ ਲਿਪੀ ਹੈ ਜਿਹੜੀ ਉਹ ਭਾਸ਼ਾ ਦੀ ਪੁਸ਼ਾਕ ਹੈ, ਸਮਝੇ ਇਸ ਗੱਲ ਨੂੰ? ਹਾਂਜੀ, ਮੈਂ ਗੱਲ ਕਰ ਰਿਹਾ ਸੀਗਾ ਵੀ ਜਿਹੜੀ ਸਾਡੀ ਭਾਸ਼ਾ ਹੈ ਉਹ ਸਾਡੇ ਭਾਵਾਂ ਦੀ ਪੁਸ਼ਾਕ ਹੈ ਅਤੇ ਲਿਪੀ ਹੈ ਜਿਹੜੀ ਉਹ ਭਾਸ਼ਾ ਦੀ ਪੁਸ਼ਾਕ ਹੈ। ਸੋ ਅਗਰ ਕੋਮਨ ਜੀ ਗੱਲ ਹੈ, ਅਗਰ ਕੋਈ ਪੁੱਛੇ ਇਸ ਗੱਲ ਨੂੰ, ਅਗਰ ਕੋਈ ਕੋਮਨ ਜਿਹਾ ਸਵਾਲ ਬਣੇ ਕਿ ਲਿਪੀ ਹੈ ਕੀ ਹੈ ਜੀ, ਲਿਪੀ ਹੈ ਜਿਹੜੀ ਉਹ ਭਾਸ਼ਾ ਦੀ ਪੁਸ਼ਾਕ ਹੈ, ਭਾਸ਼ਾ ਦਾ ਪਹਿਰਾਵਾ ਹੈ, ਮਤਲਬ ਕਿ ਇਹ ਭਾਸ਼ਾ ਦੇ ਨੰਗੇਜ ਨੂੰ ਢੱਕਦੀ ਹੈ, ਪਹਿਰਾਵਾ ਜਿਹੜਾ ਉਹ ਸਾਡੇ ਨੰਗੇਪਣ ਨੂੰ ਜਿਵੇਂ ਢੱਕ ਦਿੰਦਾ ਉਵੇਂ ਲਿਪੀ ਹੈ, ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖਸ਼ੀ ਹੈ। ਸਦੀਵਤਾ ਹੁੰਦੀ ਹੈ ਜਿਹੜੀ ਚੀਜ਼ ਹਮੇਸ਼ਾ ਸਜੀਵ ਅਵਸਥਾ ਦੇ ਵਿੱਚ ਰਹੇ, ਹਮੇਸ਼ਾ ਅਸਤਿਤਵ ਦੇ ਵਿੱਚ ਰਹੇ, ਉਹਨੂੰ ਕਿਹਾ ਜਾਂਦਾ ਸਦੀਵੀ। ਸਦੀਵੀ ਹੁੰਦਾ ਹੈ ਨਾ ਹਮੇਸ਼ਾ ਲਈ, ਸਦੀਵੀ, ਸਦੀਵੀ ਦਾ ਸ਼ਾਬਦਿਕ ਅਰਥ ਹਮੇਸ਼ਾ ਲਈ। ਵੀ ਜਦੋਂ ਤਾਂ ਦੇਖੋ ਇਕੱਲੀ ਭਾਸ਼ਾ ਸੀਗੀ ਅਤੇ ਇਕੱਲੀ ਭਾਸ਼ਾ ਦੇ ਵਿੱਚ ਤੁਹਾਨੂੰ ਪਤਾ, ਜਿਵੇਂ ਮੰਨ ਲਓ ਤੁਹਾਨੂੰ ਹੀ ਇਸ ਤਰ੍ਹਾਂ ਦਾ ਕੋਈ ਹੋਵੇ ਸਿਸਟਮ ਵੀ ਤੁਸੀਂ ਕਿਸੇ ਚੀਜ਼ ਨੂੰ ਪੜ੍ਹ ਜਾਂ ਲਿਖ ਕੇ, ਪੜ੍ਹਨਾ ਅਤੇ ਲਿਖਣਾ ਇਹ ਦੋਨੋਂ ਹੈ ਜਿਹੜੇ ਲਿਪੀ ਦੇ ਨਾਲ ਸੰਬੰਧਿਤ ਚੀਜ਼ਾਂ ਹੈ ਨਾ, ਅਤੇ ਸੁਣਨਾ ਅਤੇ ਬੋਲਣਾ ਜਿਹੜੇ ਆਪਾਂ 4 ਪੜ੍ਹਦੇ ਹਾਂ ਨਾ ਭਾਸ਼ਾ ਕੌਸ਼ਲ, ਸੁਣਨਾ ਅਤੇ ਬੋਲਣਾ। ਅਗਰ ਤੁਹਾਨੂੰ ਕੋਈ ਕਵੇ ਤੁਸੀਂ ਸੁਣ ਕੇ ਗੱਲ ਨੂੰ ਯਾਦ ਰੱਖਣੀ ਹੈ, ਉਹਨੂੰ ਬੋਲ ਕੇ ਦੱਸਣਾ, ਤਾਂ ਤੁਹਾਡੀ ਇੱਕ ਲਿਮਿਟ ਹੋ ਜੂਗੀ।
ਵੀ ਉਹਦੇ ਵਿੱਚ ਮਤਲਬ ਤੁਹਾਡੇ ਵਿਚਾਰਾਂ ਦੇ ਵਿੱਚ ਸਦੀਵਤਾ ਨਹੀਂ ਗਈ, ਪਰ ਜਦੋਂ ਲਿਪੀ ਦੀ ਕਾਢ ਹੋਈ ਬੰਦੇ ਨੇ ਆਪਣੇ ਵਿਚਾਰਾਂ ਨੂੰ ਅੱਖਰਾਂ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਅੱਖਰ ਰੂਪ ਦੇ ਵਿੱਚ, ਤਾਂ ਉਹ ਸਦੀਵੀ ਹੋ ਗਏ ਹਮੇਸ਼ਾ ਵਾਸਤੇ। ਉਹ ਮਤਲਬ ਕਿ ਵੀ ਪੀੜ੍ਹੀ ਦਰ ਪੀੜ੍ਹੀ ਹੈ ਜਿਹੜੇ ਉਹਦੇ ਵਿਚਾਰ ਹੈ ਜਿਹੜੇ ਹਮੇਸ਼ਾ ਕਾਇਮ ਰਹਿਣਗੇ, ਜਿੰਦਾ ਰਹਿਣਗੇ, ਹੈ ਨਾ। ਇਹ ਮਤਲਬ ਕੀ ਹੈ ਵੀ ਜਿਵੇਂ ਬਹੁਤ ਸਾਰੇ ਜਿਵੇਂ ਵਿਦਵਾਨਾਂ ਦੇ ਵਿਚਾਰ ਆਪਾਂ ਪੜ੍ਹਦੇ ਹਾਂ, ਉਹ ਕਾਰਨ ਉਹਦਾ ਕਾਰਨ ਹੈ ਲਿਪੀ। ਉਹ ਲਿਪੀ ਨੇ ਉਹਨਾਂ ਦੇ ਵਿਚਾਰਾਂ ਨੂੰ ਸਦੀਵਤਾ ਦਿੱਤੀ ਆ, ਹਮੇਸ਼ਾ ਕਾਇਮ ਰਹਿਣਗੇ ਉਹਨਾਂ ਦੇ ਵਿਚਾਰ ਜਿੰਨਾ ਟਾਈਮ ਲਿਪੀ ਜਿੰਦਾ ਹੈ। ਅਤੇ ਤੁਹਾਨੂੰ ਪਤਾ ਹੀ ਹੈ ਲਿਪੀ ਉਹਨਾਂ ਚਿਰ ਜਿੰਦਾ ਜਿੰਨਾ ਚਿਰ ਭਾਸ਼ਾ ਜਿੰਦਾ, ਅਤੇ ਭਾਸ਼ਾ ਤਾਂ ਕਦੇ ਮਰਦੀ ਨਹੀਂ ਹੁੰਦੀ। ਬਸ ਭਾਸ਼ਾ ਨੂੰ ਜਿਹੜੇ ਲੋਕ ਹੈ ਜਿਹੜੇ ਉਹ ਬੋਲਣ ਵਾਲੇ ਚਾਹੀਦੇ ਆ, ਬਸ ਭਾਸ਼ਾ ਨੂੰ ਵਰਤਣ ਵਾਲੇ ਲੋਕ ਜਿੰਨਾ ਚਿਰ ਹੈਗੇ ਆ, ਭਾਸ਼ਾ ਕਦੇ ਨਹੀਂ ਮਰਦੀ, ਹੈ ਨਾ। ਹਾਂਜੀ, ਭਾਸ਼ਾ ਦਾ ਮਾਨਸਿਕ ਆਧਾਰ ਵਿਚਾਰ ਹਨ, ਵਿਚਾਰ ਹੈ ਜਿਹੜੇ ਉਹ ਭਾਸ਼ਾ ਦਾ ਮਾਨਸਿਕ ਆਧਾਰ ਹੈ, ਪਰ ਧੁਨੀਆਂ ਹੈ ਜਿਹੜੀਆਂ ਉਹ ਭਾਸ਼ਾ ਦਾ ਭੌਤਿਕ ਆਧਾਰ ਹੈ। ਇਹ ਬਹੁਤ ਹੀ ਕੋਮਨ ਗੱਲਾਂ ਹੈ, ਤੁਹਾਨੂੰ ਕਿਤੋਂ ਪੜ੍ਹਨ ਦੀ ਲੋੜ ਨਹੀਂ, ਪਾਸਿਓ ਮੈਂ ਇਹਦੇ ਵਿੱਚ ਐਡ ਕਰਤੀ ਹਾਂ। ਇਹ ਬਹੁਤ ਹੀ ਮਤਲਬ ਕੋਮਨ ਜਿਹੀਆਂ ਗੱਲਾਂ ਤੁਸੀਂ ਦੇਖ ਲਓ ਚਾਹੇ। ਹਾਂ, ਅੱਗੇ ਮੌਖਿਕ ਰੂਪ ਵਿੱਚ ਉਚਾਰੀਆਂ ਧੁਨੀਆਂ ਨੂੰ ਲਿਖਤ ਰੂਪ ਵਿੱਚ ਦੇਣ ਵਾਲੇ ਚਿੰਨ੍ਹਾਂ ਨੂੰ ਲਿਪੀ ਕਿਹਾ ਜਾਂਦਾ। ਲਿਪੀ ਦੀ ਕੋਮਨ ਪਰਿਭਾਸ਼ਾ ਕੀ ਹੋਊਗੀ ਵੀ ਮੌਖਿਕ ਰੂਪ ਦੇ ਵਿੱਚ ਜਿਹੜੀਆਂ ਆਪਾਂ ਧੁਨੀਆਂ ਬੋਲਦੇ ਹਾਂ ਉਹਨਾਂ ਨੂੰ ਜਦੋਂ ਆਪਾਂ ਲਿਖਤ ਰੂਪ ਦੇ ਵਿੱਚ ਝਾਲਣਾ ਹੋਵੇ ਲਿਪੀਬੱਧ ਰੂਪ 'ਚ, ਉਹਨਾਂ ਵਾਸਤੇ ਆਪਾਂ ਜਿਹੜੇ ਚਿੰਨ੍ਹ ਵਰਤਦੇ ਹਾਂ, ਹੈ ਨਾ, ਤਾਂ ਉਹਨਾਂ ਚਿੰਨ੍ਹਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ? ਉਹਨਾਂ ਚਿੰਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਲਿਪੀ, ਹੈ ਨਾ। ਅੱਗੇ ਇਹ ਪ੍ਰਮਾਣਿਕ ਚਿੰਨ੍ਹ ਹੁੰਦੇ ਆ ਬਈ, ਜਿਨ੍ਹਾਂ ਨੂੰ ਆਪਾਂ ਅੱਖਰ ਜਾਂ ਵਰਣ ਕਹਿ ਦਿੰਦੇ ਹਾਂ, ਹੈ ਨਾ। ਜਿਵੇਂ ਪ੍ਰਮਾਣਿਕ ਹੈ, ਪੰਜਾਬੀ ਦੀ ਜਿਹੜੀ ਵਰਣਮਾਲਾ ਦੇ ਅੱਖਰ ਆ ਉਹ ਸਾਰੇ ਪ੍ਰਮਾਣਿਕ ਕੀਤੇ ਹੋਏ ਆ, ਪ੍ਰਮਾਣਿਕ ਹੈ ਸਾਰੇ, ਅਤੇ ਉਹਨਾਂ ਨੂੰ ਆਪਾਂ ਅੱਖਰ ਕਹਿ ਦਿੰਦੇ ਹਾਂ, ਵਰਣ ਕਹਿ ਦਿੰਦੇ ਹਾਂ, ਹੈ ਨਾ। ਹਾਂ, ਪੰਜਾਬੀ ਦੀ ਲਿਪੀ ਤੁਹਾਨੂੰ ਪਤਾ ਹੀ ਹੈ, ਕੋਮਨ ਜੀ ਗੱਲ ਹੈ, ਗੁਰਮੁਖੀ ਲਿਪੀ ਹੈ। ਸਾਰਿਆਂ ਨੂੰ ਹੀ ਪਤਾ ਹੈ ਇਸ ਗੱਲ ਦਾ, ਤਾਂ ਪੰਜਾਬੀ ਦੀ ਲਿਪੀ ਕਿਹੜੀ ਹੈ ਜੀ? ਗੁਰਮੁਖੀ ਲਿਪੀ ਹੈ। ਹਾਂ, ਗੁਰਮੁਖੀ ਲਿਪੀ 'ਤੇ ਵੀ ਵਿਚਾਰ ਕਰਾਂਗੇ, ਤੁਹਾਡੇ ਬਹੁਤ ਸਾਰੇ ਪ੍ਰਸ਼ਨ ਹੈ ਉਹਨਾਂ ਦੇ ਜਵਾਬ ਵੀ ਮੈਂ ਦੇਊਂਗਾ, ਕਿਉਂਕਿ ਬਹੁਤ ਸਾਰੇ ਗਲਤ ਪ੍ਰਸ਼ਨ ਹੈ ਜਿਹੜੇ ਉਹ ਬਹੁਤ ਸਾਰੀਆਂ ਗਾਈਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹਦਾ ਕਾਰਨ ਕੀ ਹੈ ਬੇਟਾ ਜੀ? ਜਾਗਰੂਕਤਾ ਦੀ ਕਮੀ ਹੈ। ਕਾਰਨ ਕੀ ਹੈ? ਕਿਉਂਕਿ ਅਸੀਂ ਪੜ੍ਹਨਾ ਨਹੀਂ ਚਾਹੁੰਦੇ ਇਹਨਾਂ ਚੀਜ਼ਾਂ ਨੂੰ, ਹੈ ਨਾ। ਹਾਂ, ਇਸ ਕਰਕੇ ਜਿਵੇਂ ਉਹ ਪਹਿਲਾਂ ਤੋਂ ਚੱਲਿਆ ਆ ਰਿਹਾ ਉਵੇਂ ਸਿਸਟਮ ਚਲਾ ਰੱਖਿਆ। ਹਾਂ, ਗੁਰਮੁਖੀ ਲਿਪੀ ਦਾ ਨਿਕਾਸ ਹੈ ਜਿਹੜਾ ਉਹ ਭਾਰਤੀ ਸਭ ਤੋਂ ਪੁਰਾਣੀ ਜਿਹੜੀ ਲਿਪੀ ਹੈ ਸਾਡੇ ਭਾਰਤ ਦੇਸ਼ ਦੀ ਬ੍ਰਹਮੀ ਲਿਪੀ ਤੋਂ ਹੋਇਆ, ਹੈ ਨਾ। ਬ੍ਰਹਮੀ ਲਿਪੀ ਮਤਲਬ ਕੀ ਹੈ ਵੀ ਕਿਹਾ ਜਾਂਦਾ ਵੀ ਇਹ ਮਤਲਬ ਕੀ ਹੈ ਵੀ ਇੱਕ ਜਿਹੜੇ ਬ੍ਰਹਮਾ ਜੀ ਹੈ ਉਹਨਾਂ ਦੇ ਨਾਮ 'ਤੇ ਇਹਦਾ ਨਾਮ ਬ੍ਰਹਮੀ ਲਿਪੀ। ਲਿਪੀ ਦਾ ਵਿਕਾਸ ਕਿਵੇਂ ਹੋਇਆ? ਦੇਖੋ, ਸਭ ਤੋਂ ਪਹਿਲਾਂ ਤਾਂ ਸੀਗੀ ਸੂਤਰ ਲਿਪੀ, ਜਿਹਦਾ ਦੂਸਰਾ ਨਾਮ ਸੀ ਗੰਢ ਲਿਪੀ। ਅਗਰ ਪ੍ਰਸ਼ਨ ਪੁੱਛਿਆ ਜਾਵੇ ਵੀ ਲਿਪੀ ਦੇ ਵਿਕਾਸ ਕ੍ਰਮ ਦੇ ਵਿੱਚ ਸਭ ਤੋਂ ਪਹਿਲੀ ਲਿਪੀ ਕਿਹੜੀ ਸੀ, ਸਭ ਤੋਂ ਪਹਿਲਾਂ ਕਿਹੜੀ ਪ੍ਰਕਿਰਿਆ ਸੀ, ਕਿਹੜਾ ਸਟੈਪ ਸੀਗਾ? ਸਭ ਤੋਂ ਪਹਿਲਾਂ ਸੀ ਸੂਤਰ ਲਿਪੀ ਜਾਂ ਗੰਢ ਲਿਪੀ। ਮਤਲਬ ਕੀ ਹੈ ਵੀ ਸੂਤਰ ਦੇ ਰੂਪ ਵਿੱਚ ਗੱਲ ਨੂੰ ਚੇਤੇ ਰੱਖਣਾ, ਸੂਤਰਾਂ ਦੇ ਆਧਾਰ 'ਤੇ ਲਿਪੀ ਹੋ ਗਈ ਸੂਤਰ ਦੇ ਰੂਪ ਵਿੱਚ ਕਿਸੇ ਗੱਲ ਨੂੰ, ਹੈ ਨਾ। ਗੰਢ ਲਿਪੀ ਜਾਂ ਕੀ ਕਰਦੇ ਸੀ ਪੁਰਾਣੇ ਲੋਕ, ਕੀ ਕਰਦੇ ਸੀਗੇ ਵੀ ਉਹ ਧਾਗੇ ਦੇ ਜਾਂ ਕੋਈ ਰੱਸੀ ਦੇ ਗੰਢਾਂ ਵਗੈਰਾ ਮਾਰਦੇ ਰਹਿੰਦੇ ਸੀਗੇ, ਜਾਂ ਦਿਨਾਂ ਦੇ ਗਿਣਨ ਵਾਸਤੇ, ਜਾਂ ਕਹਿ ਲਓ ਜਾਂ ਕੋਈ ਸਮਾਚਾਰ ਜਿਵੇਂ ਫਲਾਣੇ ਦੇਣਾ ਆਪਾਂ ਕਿਸੇ ਨੂੰ ਮੈਸੇਜ ਪਹੁੰਚਾਉਣਾ ਹੈ ਨਾ, ਤਾਂ ਉਹਦੇ ਵਾਸਤੇ ਕੋਈ, ਹੁਣ ਤਾਂ ਲਿਖਤੀ ਰੂਪ ਦੇ ਵਿੱਚ ਤੁਸੀਂ ਡਾਇਰੀ 'ਚ ਲਿਖ ਲਓ, ਪਹਿਲੀ ਗੱਲ ਲਿਖਣ ਦੀ ਵੀ ਨਹੀਂ ਲੋੜ, ਕੈਲੰਡਰ ਪਏ ਹੈ ਔਨਲਾਈਨ ਦੇਖ ਲਓ, ਹੈ ਕਿ ਨਹੀਂ, ਉਹਦੇ 'ਤੇ ਰਿਮਾਈਂਡਰ ਲਾ ਦਿਉ ਮੋਬਾਈਲ 'ਤੇ। ਹੁਣ ਤਾਂ ਬਹੁਤ ਸਾਧਨ ਆ ਗਏ,
ਪਰ ਉਦੋਂ ਨਹੀਂ ਸੀ, ਉਦੋਂ ਕੀ ਸੀ ਗੰਢ ਲਿਪੀ, ਮਤਲਬ ਰੱਸੀ ਦੇ ਵਿੱਚ ਰੰਗ ਬਿਰੰਗੇ ਧਾਗੇ ਬੰਨ੍ਹ ਦਿੱਤੇ ਜਾਂਦੇ ਸੀ ਮੋਤੀ ਜਾਂ ਮਣਕੇ। ਇਹ ਸਿਰਫ ਗੱਲ ਤੁਸੀਂ ਜਿਹੜੀ ਗੱਲ ਤੁਹਾਡੀ ਮੇਨ ਆ ਉਹ ਆ ਸੂਤਰ ਲਿਪੀ ਜਾਂ ਗੰਢ ਲਿਪੀ ਆ, ਮਤਲਬ ਕੀ ਆ ਵੀ ਲਿਪੀ ਦਾ ਪਹਿਲਾ ਸਰੂਪ ਸੀਗਾ ਸੂਤਰ ਲਿਪੀ ਜਾਂ ਗੰਢ ਲਿਪੀ। ਇੱਥੇ ਤੁਹਾਡਾ ਸਵਾਲ ਹੈ ਜਿਹੜਾ ਇਹ ਖਤਮ ਹੋ ਗਿਆ, ਤੁਹਾਡਾ ਨੌਲੇਜ ਹੈ। ਇਹ ਤਾਂ ਵੈਸੇ ਹੀ ਕੋਮਨ ਤੁਹਾਨੂੰ ਗੱਲ ਦੱਸਦਾ ਇੱਕ ਵੀ ਇਹ ਹੈ ਕੀ ਸੀ ਸੂਤਰ ਲਿਪੀ ਜਾਂ ਗੰਢ ਲਿਪੀ। ਰੱਸੇ ਦੀ ਲੰਬਾਈ ਆਦਿ ਦੁਆਰਾ ਭਾਵਾਂ ਨੂੰ ਵਿਅਕਤ ਕੀਤਾ ਜਾਂਦਾ ਸੀ, ਹੈ ਨਾ। ਇੱਕ ਆਪਾਂ ਕਹਿ ਵੀ ਦਿੰਦੇ ਹਾਂ ਮੇਰੀ ਗੱਲ ਤੂੰ ਗੰਢ ਬੰਨ ਲੈ, ਮਤਲਬ ਕੀ ਹੈ ਵੀ ਗੱਲ ਹੈ ਜਿਹੜੀ ਉਹ ਮੇਰੀ ਪੱਲੇ ਬੰਨ ਲੈ ਜਾਂ ਯਾਦ ਰੱਖ, ਹੈ ਨਾ। ਗੰਢ ਸ਼ਬਦ ਹੈ ਜਿਹੜਾ ਇਹਦਾ ਬਹੁਤ ਮਹੱਤਵ ਆ। ਜਦੋਂ ਤੁਸੀਂ ਆਪਾਂ ਇੱਕ ਸੂਫੀ ਕਵੀ ਪੜ੍ਹਿਆ ਸੀਗਾ ਬੁੱਲੇ ਸ਼ਾਹ, ਉਦੋਂ ਗੰਢਾਂ ਪੜ੍ਹੀਆਂ ਸੀ ਨਾ ਗੰਢਾਂ ਉਹਦੀਆਂ, ਹਾਂ, ਅਤੇ ਇਹ ਉੱਥੋਂ ਹੀ ਸ਼ਬਦ ਬਣਿਆ ਹੋਇਆ ਗੰਢਾਂ ਸ਼ਬਦ ਵੀ, ਹੈ ਨਾ। ਵਰੇ ਗੰਢ ਸ਼ਬਦ ਬਣਾਉ ਆਪਾਂ ਬੰਨਦੇ ਗੰਢ, ਗੰਢਾਂ ਸ਼ਬਦ ਦਾ ਸੰਬੰਧ ਹੈ ਜਿਹੜਾ ਉਹ ਵਿਆਹ ਦੇ ਨਾਲ ਹੈ। ਉਹ ਨੀਗਾ ਗੰਢਾਂ ਨਹੀਂ ਪਿਆਜ਼ ਨਹੀਂ, ਗੰਢਾਂ ਦੋਨੇ ਬਿੰਦੀ ਲਾ ਕੇ ਸ਼ਬਦ ਹੈ ਗੰਢਾਂ, ਮਤਲਬ ਗੰਢ ਜਿਹਨੂੰ ਆਪਾਂ ਕਹਿ ਦਿੰਦੇ, ਗੱਠ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹਾਂ, ਸੂਤਰ ਜਾਂ ਗੰਢ ਲਿਪੀ ਹੋ ਗਈ। ਉਸ ਤੋਂ ਬਾਅਦ ਹੁੰਦੀ ਸੀ ਵੀ ਚਿੱਤਰ ਲਿਪੀ। ਜਦੋਂ ਸੂਤਰ ਜਾਂ ਗੰਢ ਲਿਪੀ ਦੇ ਵਿੱਚ ਬੰਦਾ ਆਪਣੀ ਗੱਲ ਪੂਰੀ ਨਹੀਂ ਸੀ ਕਹਿ ਸਕਦਾ, ਫਿਰ ਉਹਨੇ ਹੌਲੀ ਹੌਲੀ ਚਿੱਤਰ ਲਿਪੀ ਦੀ ਨਿਜਾਤ ਕਰ ਲਈ। ਚਿੱਤਰ ਲਿਪੀ ਹੈ ਜਿਹੜੀ ਉਸਦਾ ਉਹਨੇ ਆਵਿਸ਼ਕਾਰ ਕਰ ਲਿਆ, ਉਸ ਦੀ ਖੋਜ ਕਰ ਲਈ। ਉਹਦੇ ਵਿੱਚ ਕੀ ਸੀ ਵੀ ਕਿਸੇ ਵਸਤੂ ਦਾ ਚਿੱਤਰ ਬਣਾ ਦਿੱਤਾ ਜਾਂਦਾ ਸੀ, ਭਾਵਾਂ ਨੂੰ ਚਿੱਤਰਬੱਧ ਕੀਤਾ ਜਾਂਦਾ ਸੀ, ਪਰ ਕੇਵਲ ਸਥੂਲ ਵਸਤੂਆਂ ਦੀ ਹੀ ਵਰਤੋਂ। ਚਿੱਤਰ ਆ ਜਿਹੜੇ ਉਹ ਕੇਵਲ ਸਥੂਲ ਵਸਤੂਆਂ ਦੇ ਹੀ ਹੁੰਦੇ ਸੀਗੇ, ਜਿਹੜੀਆਂ ਮਤਲਬ ਸੂਖਮ ਵਸਤੂਆਂ, ਸੂਖਮ ਸਾਡੇ ਮਾਨਸਿਕ ਭਾਵ ਹੈ ਜਿਹੜੇ, ਉਹਨਾਂ ਨੂੰ ਚਿੱਤਰ ਦੇ ਦੁਆਰਾ ਵਿਅਕਤ ਨਹੀਂ ਸੀ ਕੀਤਾ ਜਾਂਦਾ। ਇਹ ਇਸ ਦੀ ਕਮੀ ਸੀ ਚਿੱਤਰ ਲਿਪੀ ਦੀ। ਉਸ ਤੋਂ ਬਾਅਦ ਪ੍ਰਤੀਕ ਜਾਂ ਚਿੰਨ੍ਹ ਲਿਪੀ, ਪਦਾਰਥਾਂ ਦਾ ਜੀਵਾਂ ਨੂੰ ਪ੍ਰਤੀਕ ਰੂਪ ਵਿੱਚ ਵਰਤਿਆ ਜਾਂਦਾ, ਸੰਖੇਪ ਜਿਹਨਾਂ ਦੁਆਰਾ ਸੰਦੇਸ਼ ਭੇਜਣੇ। ਪ੍ਰਤੀਕ ਹੌਲੀ ਹੌਲੀ ਪ੍ਰਤੀਕਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਨਾ ਮਨੁੱਖ ਨੇ, ਉਹਨੂੰ ਪ੍ਰਤੀਕ ਜਾਂ ਚਿੰਨ੍ਹ ਲਿਪੀ ਕਹਿਤਾ। ਫਿਰ ਆ ਗਈ ਭਾਵ ਲਿਪੀ, ਸੂਖਮ ਰੂਪ ਦੇ ਵਿੱਚ ਭਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਸਤੇ ਭਾਵ ਲਿਪੀ ਦੀ ਕਾਢ ਹੋ ਗਈ। ਫਿਰ ਆ ਗਈ ਜੀ ਭਾਵ ਧੁਨੀ ਲਿਪੀ, ਜਿਹਦੇ ਵਿੱਚ ਕੁਝ ਕੁ ਗੁਣ ਤਾਂ ਧੁਨੀ ਵਾਲੇ ਸੀਗੇ ਜਿਵੇਂ ਆਧੁਨਿਕ ਧੁਨੀ ਲਿਪੀ, ਅਤੇ ਕੁਝ ਭਾਵਾਂ ਵਾਲੇ ਸੀਗੇ। ਉਸ ਤੋਂ ਬਾਅਦ ਆ ਗਿਆ ਜੀ ਅੰਤ ਦੇ ਵਿੱਚ ਧੁਨੀ ਲਿਪੀ, ਜਿਹਦੇ ਵਿੱਚ ਅੱਖਰ ਆ ਜਿਹੜੇ ਉਹ ਧੁਨੀਆਂ ਦੀ ਪ੍ਰਤੀਨਿਧਤਾ ਕਰਨ ਲੱਗ ਪਏ। ਅੱਜ ਦੇ ਸਮੇਂ ਦੇ ਵਿੱਚ ਧੁਨੀ ਲਿਪੀ ਹੈ ਜਿਹੜੀ ਉਹੀ ਹੈ, ਹੈ ਨਾ। ਧੁਨੀ ਲਿਪੀ ਮਤਲਬ ਕੀ ਹੈ ਵੀ ਧੁਨੀਆਂ ਨੂੰ ਆਪਾਂ ਲਿਪੀਬੱਧ ਕਰਦੇ ਹਾਂ, ਇਸ ਕਰਕੇ ਧੁਨੀ ਲਿਪੀ ਹੈ। ਨੋਟ ਲਾ ਕੇ ਮੈਂ ਗੱਲ ਲਿਖੀ ਹੈ ਵੀ ਲਿਪੀ ਦੇ ਵਿਕਾਸ ਦਾ ਸ਼ਿਖਰ ਹੈ ਜਿਹੜਾ ਉਹ ਵਰਣੀ ਜਾਂ ਵਰਣਾਤਮਕ ਲਿਪੀ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹਾਂ, ਧੁਨੀ ਲਿਪੀ ਹਾਲਾਂਕਿ ਠੀਕ ਹੈ ਵੀ ਧੁਨੀ ਲਿਪੀ ਦੇ ਵਿੱਚ ਪੂਰਾ ਵਿਕਾਸ ਹੋ ਜਾਂਦਾ, ਅੱਖਰ ਆ ਜਿਹੜੇ ਉਹ ਧੁਨੀਆਂ ਦੀ ਪ੍ਰਤੀਨਿਧਤਾ ਕਰਨ ਲੱਗ ਜਾਂਦੇ ਆ। ਮਤਲਬ ਇੱਥੇ ਮਨੁੱਖ ਨੇ ਧੁਨੀ ਲਿਪੀ ਦੇ ਵਿੱਚ ਅੱਖਰਾਂ ਦੀ ਕਾਢ ਕੱਢ ਲਈ ਸੀ, ਅੱਖਰ ਆ ਜਿਹੜੇ ਉਹ ਮਨੁੱਖ ਦੇ ਸਾਹਮਣੇ ਆ ਗਏ ਸੀ। ਪਰ ਉਸ ਤੋਂ ਬਾਅਦ ਇੱਕ ਹੋਰ ਹੈ ਵੀ ਲਿਪੀ ਦੇ ਵਿਕਾਸ ਦਾ ਸ਼ਿਖਰ, ਅਗਰ ਤੁਹਾਨੂੰ ਪੁੱਛਿਆ ਜਾਵੇ ਪ੍ਰਸ਼ਨ, ਇਹ ਸ਼ਿਖਰ ਆ ਨੀਗਾ ਧੁਨੀ ਲਿਪੀ ਸ਼ਿਖਰ ਨੀਗਾ। ਹਾਂ, ਅੱਖਰਾਂ ਦਾ ਜਿਹੜਾ ਆਵਿਸ਼ਕਾਰ ਹੈ, ਅੱਖਰਾਂ ਦੀ ਖੋਜ ਹੈ ਜਿਹੜੀ, ਉਹ ਮਨੁੱਖ ਨੇ ਧੁਨੀ ਲਿਪੀ ਦੇ ਵਿੱਚ ਜ਼ਰੂਰ ਕਰ ਲਈ ਹੈ, ਪਰ ਲਿਪੀ ਦੇ ਵਿਕਾਸ ਦਾ ਸ਼ਿਖਰ ਹੈ ਜਿਹੜਾ ਉਹ ਵਰਣੀ ਜਾਂ ਵਰਣਾਤਮਕ ਲਿਪੀ ਹੈ। ਲਓ ਜੀ, ਗੱਲਾਂ ਹੋ ਗਈਆਂ ਕਲੀਅਰ। ਆਹ ਦੋ ਗੱਲਾਂ ਤੁਸੀਂ ਚੇਤੇ ਰੱਖਣੀਆਂ, 6 ਨੰਬਰ ਅਤੇ ਉਸ ਤੋਂ ਬਾਅਦ ਨੋਟ ਲਾ ਕੇ ਜਿਹੜੀ ਲਿਖੀ ਹੈ ਗੱਲ, ਦੋਵਾਂ ਦੇ ਵਿੱਚ ਫਰਕ ਕਰ ਲੈਣਾ। ਅੱਖਰ ਧੁਨੀ ਲਿਪੀ ਦੇ ਵਿੱਚ ਜ਼ਰੂਰ ਪ੍ਰਦਰਸ਼ਨ ਹੋਣ ਲੱਗ ਗਏ ਸੀਗੇ, ਪਰ ਜੇ ਲਿਪੀ ਦੇ ਵਿਕਾਸ ਦਾ ਸ਼ਿਖਰ ਹੈ ਜਿਹੜਾ ਉਹ ਕਿਹੜੀ ਲਿਪੀ ਹੈ, ਉਹ ਵਰਣੀ ਜਾਂ ਵਰਣਾਤਮਕ, ਦੋ ਨਾਮ ਹੈ ਇਹਦੇ, ਵਰਣੀ ਦਿੱਤਾ ਕਿਤੇ ਕਿਤੇ ਵਰਣਾਤਮਕ, ਦੋਨੋਂ ਚੇਤੇ ਰੱਖਣੇ ਹੈ। ਲਓ ਜੀ, ਇਹ ਤਾਂ ਹੋ ਗਈ ਗੱਲ ਲਿਪੀ ਦੀ। ਉਸ ਤੋਂ ਬਾਅਦ ਗੁਰਮੁਖੀ ਲਿਪੀ ਬਾਰੇ ਗੱਲ ਕਰਦੇ ਹਾਂ। ਹੁਣ ਗੁਰਮੁਖੀ ਲਿਪੀ ਦੇ ਨਿਕਾਸ ਵਿਕਾਸ ਬਾਰੇ, ਨਿਕਾਸ ਬਾਰੇ ਕੀ ਹੈ ਵੀ 3 ਮਤ ਪ੍ਰਚਲਿਤ ਆ, 3 ਧਾਰਨਾਵਾਂ ਕਿਹੜੇ ਕਿਹੜੇ ਆ 3 ਬੰਦੇ। ਪਹਿਲਾਂ ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਗੱਲ ਇੱਕ ਕਰਾਂਗੇ ਆਪਾਂ, ਅਤੇ ਇੱਕ ਫਿਰ ਗੱਲ ਪ੍ਰੋਫੈਸਰ ਪ੍ਰੀਤਮ ਸਿੰਘ ਦੀ, ਇੱਕ ਕੇਸਰ ਸਿੰਘ ਛਿੱਬਰ ਦੀ। ਇਹ 3 ਜਿਹੜੇ ਹੈਗੇ ਆ, ਪ੍ਰੋਫੈਸਰ ਪ੍ਰੀਤਮ ਸਿੰਘ ਨੇ 2 ਧਾਰਨਾਵਾਂ ਦਿੱਤੀਆਂ, ਦੋਨੇ ਹੀ ਆਪਾਂ ਯਾਦ ਰੱਖਣੀਆਂ। 3 ਪ੍ਰਮੁੱਖ ਮਤ ਪ੍ਰਚਲਿਤ ਹੈ,
ਦੇਖ ਲਓ ਹੁਣ ਤੁਸੀਂ ਗੱਲ ਦੇਖੋ। ਹੁਣ ਪ੍ਰੋਫੈਸਰ ਪ੍ਰੀਤਮ ਸਿੰਘ ਕਹਿੰਦਾ ਵੀ ਸਿੱਖ ਸਾਹਿਤ ਦੇ ਵਿੱਚ ਗੁਰਮੁਖੀ ਬਾਰੇ ਸਭ ਤੋਂ ਪਹਿਲਾਂ ਬਾਬਾ ਮੋਹਨ ਸਿੰਘ ਜੀ ਦੇ ਨਾਮ ਹੇਠ ਇੱਕ ਪੋਥੀ ਦੇ ਵਿੱਚ ਦਰਜ ਹੈ। ਹੁਣ ਇਹ ਹੈ ਜਿਹੜਾ ਪ੍ਰਸ਼ਨ ਇਹ ਲੈਕਚਰਾਰ ਦੇ ਵਿੱਚ ਆ ਚੁੱਕਿਆ, ਸਕੂਲ ਲੈਕਚਰਾਰ ਦੇ ਪੇਪਰ ਦੇ ਵਿੱਚ ਆਇਆ ਸੀਗਾ ਵੀ ਗੁਰਮੁਖੀ ਬਾਰੇ ਸਭ ਤੋਂ ਪਹਿਲਾ ਹਵਾਲਾ ਜਿਹੜਾ ਉਹ ਕਿਹੜੀ ਪੋਥੀ ਦੇ ਵਿੱਚ, ਕਿਹੜੇ ਗ੍ਰੰਥ ਦੇ ਵਿੱਚ ਮਿਲਦਾ? ਤਾਂ ਉਹ ਹੈ ਜਿਹੜਾ ਜੀ ਬਾਬਾ ਮੋਹਨ ਸਿੰਘ ਦੀ ਪੋਥੀ ਦੇ ਵਿੱਚ ਮਿਲਦਾ। ਠੀਕ ਹੈ, ਧਿਆਨ ਰੱਖਣਾ ਤੁਸੀਂ। ਬਾਬਾ ਮੋਹਨ ਸਿੰਘ ਗੁਰੂ ਅਰਜਨ ਦੇਵ ਜੀ ਵੇਲੇ ਇੱਕ ਹੋਏ ਹੈ ਬਾਬਾ ਮੋਹਨ ਸਿੰਘ। ਇਹਨਾਂ ਦੇ ਇਤਿਹਾਸ ਬਾਰੇ ਤਾਂ ਆਪਾਂ ਕੋਈ ਬਾਹਲਾ ਆਪਾਂ ਨਹੀਂ ਦੱਸਣਾ ਹੈਗਾ, ਨਾ ਕੋਈ ਆਪਾਂ ਨੂੰ ਮਤਲਬ ਹੀ ਹੈ, ਹੈ ਨਾ, ਆਪਣਾ ਮਤਲਬ ਹੈ ਸਿਰਫ ਨਾਮ ਤਾਂ ਹੀ। ਸੋ ਇਹ ਹੈ ਜਿਹੜਾ, ਹੁਣ ਤੁਸੀਂ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਵੀ ਗੁਰਮੁਖੀ ਲਿਪੀ ਦੇ ਨਾਮ ਤੋਂ ਕਈ ਲੋਕ ਐਸ ਸੋਚ ਲੈਂਦੇ ਆ, ਕਈ ਇਤਿਹਾਸਕਾਰਾਂ ਨੇ ਵੀ ਇਹ ਕਿਆਸ ਲਾਇਆ, ਖਾਸ ਕਰਕੇ ਹਿੰਦੀ ਇਤਿਹਾਸਕਾਰ ਜਿਨ੍ਹਾਂ ਨੇ ਪੰਜਾਬੀ ਦੇ ਲਿਪੀ ਦਾ ਇਤਿਹਾਸ ਲਿਖਿਆ, ਉਹਨਾਂ ਨੇ ਇਹ ਕਿਆਸ ਅੰਦਾਜ਼ਾ ਲਾ ਲਿਆ ਜੀ ਗੁਰਮੁਖੀ ਲਿਪੀ ਹੈ ਜਿਹੜੀ ਉਹ ਸਿੱਖ ਸਤਿਗੁਰੂਆਂ ਨੇ ਬਣਾਈ ਹੈ। ਪਰ ਐਸਾ ਬਿਲਕੁਲ ਨਹੀਂ ਹੈ। ਗੁਰਮੁਖੀ ਲਿਪੀ ਦਾ ਸੰਬੰਧ, ਠੀਕ ਹੈ, ਗੁਰਮੁਖੀ ਲਿਪੀ ਨੂੰ ਮਤਲਬ ਕੀ ਹੈ, ਸਾਹਿਤ ਦੇ ਵਿੱਚ ਵਰਤਣ ਵਾਲੇ ਸਿੱਖ ਗੁਰੂ ਜ਼ਰੂਰ ਹਨ, ਗੁਰੂ ਨਾਨਕ ਦੇਵ ਜੀ ਜ਼ਰੂਰ ਹਨ, ਪਰ ਕੀ ਹੈ ਕਿ ਇਸ ਤੋਂ ਪਹਿਲਾਂ ਗੁਰਮੁਖੀ ਲਿਪੀ ਨਹੀਂ ਸੀ। ਗੁਰਮੁਖੀ ਲਿਪੀ ਬਿਲਕੁਲ ਸੀ, ਉਹਦਾ ਨਾਮ ਹੋਰ ਸੀਗਾ ਬਸ। ਗੁਰਮੁਖੀ ਲਿਪੀ ਤਾਂ ਹੌਲੀ ਹੌਲੀ ਮਤਲਬ ਕੀ ਆ ਵੀ ਸਿੱਖ ਗੁਰੂਆਂ ਦੇ ਨਾਮ ਕਰਕੇ, ਸਿੱਖ ਗੁਰੂਆਂ ਦਾ ਕਰਕੇ ਉਹਦਾ ਨਾਮ ਜ਼ਰੂਰ ਗੁਰਮੁਖੀ ਪੈ ਗਿਆ ਹੋਊਗਾ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ, ਨਾ ਇਤਿਹਾਸਕਾਰ ਹੀ ਕਰਦੇ ਇਸ ਗੱਲ ਤੋਂ ਇਨਕਾਰ। ਪਰ ਜੇ ਕੋਈ ਪ੍ਰਸ਼ਨ ਕਵੇ ਗੁਰੂ ਨਾਨਕ ਦੇਵ ਜੀ ਨੇ ਬਣਾਈ ਹੈ ਗੁਰਮੁਖੀ ਲਿਪੀ, ਗੁਰਮੁਖੀ ਲਿਪੀ ਦਾ ਨਿਰਮਾਣ ਗੁਰੂ ਅੰਗਦ ਦੇਵ ਜੀ ਨੇ ਕੀਤਾ, ਇਹ ਪ੍ਰਸ਼ਨ ਗਲਤ ਹੈ, ਇਹ ਪ੍ਰਸ਼ਨ ਤੁਹਾਡੇ ਗਲਤ ਹੈ। ਹਾਂ, ਉਸ ਨੂੰ ਲਿਪੀ ਨੂੰ ਸਵਾਰਨ ਦੇ ਵਿੱਚ, ਸਜਾਉਣ ਦੇ ਵਿੱਚ, ਸੁਧਾਰ ਕਰਨ ਦੇ ਵਿੱਚ ਗੁਰੂ ਅੰਗਦ ਦੇਵ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ। ਅਤੇ ਗੁਰਮੁਖੀ ਲਿਪੀ ਦੀ ਵਰਤੋਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਗੁਰੂ ਨਾਨਕ ਦੇਵ ਜੀ ਕਰ ਹੀ ਚੁੱਕੇ। ਹਾਂ, ਇਸ ਕਰਕੇ ਮੰਨ ਲਓ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਰੀਟ ਵਗੈਰਾ 'ਚ ਪ੍ਰਸ਼ਨ ਆਏ ਹੋਏ ਆ, ਹੈ ਨਾ, ਇਹ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਗਾ। ਜਿਹੜੇ ਲੈਕਚਰਾਰ ਦੀ ਤਿਆਰੀ ਕਰਦੇ ਆ ਸੈਕਿੰਡ ਗ੍ਰੇਡ ਦੀ, ਐਵੇਂ ਦਾ ਪ੍ਰਸ਼ਨ ਕੋਈ ਨਹੀਂ, ਹੁਣ ਨਹੀਂ ਬਣਦੇ ਐਵੇਂ ਦੇ ਪ੍ਰਸ਼ਨ। ਹੁਣ ਤਾਂ ਤੁਹਾਨੂੰ ਖੋਜ ਸਰਚ ਦੇ ਆਧਾਰ 'ਤੇ ਪ੍ਰਸ਼ਨ ਬਣਾਉਣਾ ਪੈਣਾ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਗੱਲ ਇਹ ਆਖੀ ਹੈ, ਅਗਲਾ ਪ੍ਰਸ਼ਨ ਇਹ ਬਣਦਾ ਵੀ ਦੇਖੋ ਆਹ ਪ੍ਰਸ਼ਨ ਤਾਂ ਪੁੱਛਿਆ ਜਾ ਚੁੱਕਿਆ, ਪਰ ਇਹ ਜਿਹੜਾ ਮਤ ਹੈ ਇਹ ਕਿਹਨੇ ਦਿੱਤਾ? ਪ੍ਰੋਫੈਸਰ ਪ੍ਰੀਤਮ ਸਿੰਘ ਨੇ, ਇਹ ਧਿਆਨ ਰੱਖਣਾ। ਦੂਸਰੀ ਗੱਲ, ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇੱਕ ਹਵਾਲਾ ਦਿੱਤਾ ਵੀ ਦੇਖੋ ਇਹ ਜਿਹੜਾ ਹੈਗਾ, ਵੈਸੇ ਤਾਂ ਕਵੀ ਕੰਕਣ ਦੀ ਗੱਲ ਕੀਤੀ ਹੋਈ ਹੈ, ਪਰ ਇਸ ਗੱਲ ਨੂੰ ਸਾਡੇ ਸਾਹਮਣੇ ਲਿਆਉਣ ਵਾਲਾ ਪ੍ਰੋਫੈਸਰ ਪ੍ਰੀਤਮ ਸਿੰਘ ਹੈ, ਇਸ ਕਰਕੇ ਮੈਂ ਇਹਦਾ ਨਾਮ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਨਾਮ 'ਤੇ ਲਿਖਤਾ। ਹਾਲਾਂਕਿ ਦੂਜਾ ਮਤ ਹੈ ਕਵੀ ਕੰਕਣ ਦਾ, ਵੀ ਕਵੀ ਕੰਕਣ ਦੀ ਇੱਕ ਅਣਛੱਪੀ ਪੁਸਤਕ ਹੈ ਜਿਹੜੀ ਪਬਲਿਸ਼ ਨਹੀਂ ਹੋਈ ਸੀਗੀ, ਉਹਦੀ ਪੁਸਤਕ ਦਾ ਨਾਮ ਸੀ ਸੁਖੈਨੇ ਅਤੇ ਦਸ ਗੁਰੂ। ਉਹ ਕਹਿੰਦਾ ਜੀ ਗੁਰਮੁਖੀ ਅੱਖਰ ਆ ਜਿਹੜੇ ਇਹ ਗੁਰੂ ਨਾਨਕ ਦੇਵ ਜੀ ਨੇ ਬਣਾਏ ਹੈ, ਇਹ ਗੱਲ ਕਵੀ ਕੰਕਣ ਨੇ ਕਹੀ ਸੀਗੀ। ਅਤੇ ਇਸ ਗੱਲ ਨੂੰ ਸਾਡੇ ਪੰਜਾਬੀ ਸਾਹਿਤ ਵਿੱਚ ਲਿਆਉਣ ਵਾਲਾ ਕੌਣ ਹੈ? ਪ੍ਰੋਫੈਸਰ ਪ੍ਰੀਤਮ ਸਿੰਘ ਹੈ। ਦੋਨੇ ਤਰੀਕੇ ਨਾਲ ਤੁਸੀਂ ਚੇਤੇ ਰੱਖਣਾ, ਇੱਕ ਤਾਂ ਇਹ ਵੀ ਗੁਰਮੁਖੀ ਲਿਪੀ ਹੈ ਜਿਹੜੀ ਇਹ ਅੱਖਰ ਗੁਰੂ ਨਾਨਕ ਦੇਵ ਜੀ ਨੇ ਬਣਾਏ, ਇਹ ਮਤ ਹੈ ਜਿਹੜੇ ਇਹ ਮਤ ਕਿਹੜੇ ਵਿਦਵਾਨ ਦਾ ਹੈ? ਤਾਂ ਇਹ ਗੱਲ ਕਵੀ ਕੰਕਣ ਨੇ ਆਖੀ ਹੈ, ਬਸ ਉਹ ਸਾਡੇ ਸਾਹਮਣੇ ਲਿਆਉਣ ਵਾਲਾ ਬੰਦਾ ਪ੍ਰੋਫੈਸਰ ਪ੍ਰੀਤਮ ਸਿੰਘ ਆ। ਮੈਂ ਵੈਸੇ ਹੀ ਨਾਮ ਲਿਖਿਆ ਪ੍ਰੋਫੈਸਰ ਪ੍ਰੀਤਮ ਸਿੰਘ ਦਾ, ਹੋਰ ਕੋਈ ਗੱਲ ਨਹੀਂ। ਨਾਮ ਕਵੀ ਮੇਨ ਧਿਆਨ ਰੱਖਣਾ, ਤੁਸੀਂ ਕਵੀ ਕੰਕਣ ਦਾ ਨਾਮ ਧਿਆਨ ਰੱਖਣਾ। ਕਵੀ ਕੰਕਣ ਕਹਿੰਦਾ ਵੀ ਗੁਰਮੁਖੀ ਅੱਖਰ ਗੁਰੂ ਨਾਨਕ ਦੇਵ ਜੀ ਨੇ ਬਣਾਏ ਆ, ਇਹਦਾ ਵੀ ਵਿਚਾਰ ਗਲਤ ਹੈ, ਹੈ ਨਾ। ਉਸ ਤੋਂ ਬਾਅਦ ਭਾਈ ਕੇਸਰ ਸਿੰਘ ਛਿੱਬਰ, ਬੰਸਾਵਲੀ ਨਾਮਾ ਦਸ ਪਾਤਸ਼ਾਹੀਆਂ ਕਾ, ਇਹ ਪਹਿਲਾਂ ਵੀ ਆਪਣਾ ਜ਼ਿਕਰ ਹੋਇਆ ਸੀਗਾ ਪੰਜਾਬੀ ਸਾਹਿਤ ਦੇ। ਉਹ ਕਹਿੰਦਾ ਜੀ ਗੁਰਮੁਖੀ ਦੀ ਉਤਪਤੀ ਦਾ ਸੰਬੰਧ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਹੈ। ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰ ਸੀ, ਬਾਬਾ ਸ਼੍ਰੀ ਚੰਦ, ਲਖਮੀ ਦਾਸ, ਉਹਨਾਂ ਉਹ ਕਹਿੰਦੇ ਵੀ ਬਾਬਾ ਸ਼੍ਰੀ ਚੰਦ ਦੇ ਨਾਲ ਹੈ। ਸੋ ਬਾਬੇ, ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ,
ਵੀ ਕੇਸਰ ਸਿੰਘ ਛਿੱਬਰ ਦੇ ਅਨੁਸਾਰ ਗੁਰਮੁਖੀ ਲਿਪੀ ਦੇ ਜਨਮ ਦਾ ਸੰਬੰਧ ਕਿਸ ਦੇ ਨਾਲ ਹੈ? ਗੁਰੂ ਨਾਨਕ ਦੇਵ ਜੀ ਦੇ ਨਾਲ ਹੈ, ਬਾਬਾ ਮੋਹਨ ਸਿੰਘ ਦੇ ਨਾਲ ਹੈ, ਜਾਂ ਬਾਬਾ ਸ਼੍ਰੀ ਚੰਦ ਦੇ ਨਾਲ ਹੈ? ਇਹ ਤੁਸੀਂ ਅਲੱਗ ਅਲੱਗ ਧਿਆਨ ਦੇ ਵਿੱਚ ਰੱਖਣਾ ਵੀ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਅਨੁਸਾਰ ਬਾਬੇ ਮੋਹਨ ਸਿੰਘ ਦੇ ਨਾਲ ਸੰਬੰਧ ਹੈ, ਕਵੀ ਕੰਕਣ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧ ਹੈ, ਕੇਸਰ ਸਿੰਘ ਛਿੱਬਰ ਅਨੁਸਾਰ ਗੁਰਮੁਖੀ ਦੀ ਉਤਪਤੀ ਦਾ ਸੰਬੰਧ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਹੈ। ਗੱਲ ਕਲੀਅਰ ਰੱਖਣੀ ਹੈ ਤੁਸੀਂ, ਕਿਸੇ ਇੱਕ ਕਵੀ ਦਾ ਕੋਈ ਨਹੀਂ ਆਉਂਦਾ, ਕੋਈ ਇੱਕ ਬੰਦਾ ਨਹੀਂ ਗਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹਾਂ, ਇਹ ਜਿਹੜੇ ਸ਼ਖਸ ਹੈ ਜਿਵੇਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਇਆ, ਉਸ ਤੋਂ ਬਾਅਦ ਹੋਰ ਵੀ ਨਾਮ ਆਉਣਗੇ, ਇਹਨਾਂ ਦੇ ਬਾਰੇ 'ਤੇ ਆਪਾਂ ਖਾਸ ਗੱਲ ਕਰਨੀ ਹੈ। ਜਿਵੇਂ ਸਰਦਾਰ ਜੀ ਬੀ ਸਿੰਘ, ਇਹਨਾਂ ਨੇ ਗੁਰਮੁਖੀ ਲਿਪੀ ਦੇ ਨਿਕਾਸ ਵਿਕਾਸ ਬਾਰੇ ਬਹੁਤ ਖੋਜ ਸਰਚ ਕੀਤੀ ਹੈ, ਬਹੁਤ ਹੀ ਸ਼ਾਨਦਾਰ। ਉਹਨਾਂ ਦੀਆਂ ਸਾਰੀਆਂ ਦੀਆਂ ਗੱਲਾਂ ਆਪਾਂ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਕਰਾਂਗੇ, ਤੁਹਾਡੇ ਪ੍ਰਸ਼ਨ ਬਹੁਤ ਕਲੀਅਰ ਹੋਣਗੇ ਇੱਥੇ, ਅਤੇ ਇਹਦੇ ਵਿੱਚੋਂ ਪ੍ਰਸ਼ਨ ਜੋ ਵੀ ਆਊਗਾ ਉਹ ਇੱਥੋਂ ਹੀ ਆਉਣਾ, ਠੀਕ ਹੈ ਜੀ। ਹਾਂਜੀ, ਅਗਲੀ ਗੱਲ ਦੇਖੋ, ਹੁਣ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਦੇ ਨਿਕਾਸ ਬਾਰੇ। ਉੱਪਰ ਤਾਂ ਸੀਗਾ ਵੀ ਜਿਵੇਂ ਗੁਰਮੁਖੀ ਲਿਪੀ ਦੇ ਜਨਮ ਬਾਰੇ ਜੇ ਕਿਸੇ ਨੇ ਕੋਈ ਦਿੱਤਾ, ਉਸ ਤੋਂ ਉੱਪਰ ਸੀ, ਆਪਾਂ ਲਿਪੀ ਦੀ ਗੱਲ ਕੀਤੀ ਸੀ, ਹੈ ਨਾ। ਲਿਪੀ ਕਿਹਨੂੰ ਕਹਿੰਦੇ? ਹੁਣ ਆਪਾਂ ਗੱਲ ਕਰ ਰਹੇ ਹਾਂ ਗੁਰਮੁਖੀ ਲਿਪੀ ਦੀ, ਇੱਕ ਵਿਸ਼ੇਸ਼ ਲਿਪੀ ਦੀ। ਹਾਂਜੀ, ਗੁਰਮੁਖੀ ਲਿਪੀ ਦੀ ਨਿਕਾਸ ਅਵਸਥਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ ਗੁਰਮੁਖੀ ਲਿਪੀ ਦਾ ਨਿਕਾਸ ਹੈ ਜਿਹੜਾ, ਉਹ ਭਾਰਤੀ ਸਭ ਤੋਂ ਪੁਰਾਣੀ ਬ੍ਰਾਹਮੀ ਲਿਪੀ ਤੋਂ ਹੁੰਦਾ। ਬ੍ਰਾਹਮੀ ਲਿਪੀ ਤੋਂ ਅੱਗੇ ਗੁਪਤਕਾਲ ਦੀ ਲਿਪੀ, ਗੁਪਤਕਾਲਾਂ ਦਾ ਸ਼ਾਸਨ ਰਿਹਾ, ਹੈ ਨਾ, ਗੁਪਤਾਂ ਦਾ 350 ਤੋਂ 550, ਫਿਰ ਸ਼ਾਰਦਾ ਲਿਪੀ 8ਵੀਂ ਤੋਂ 13ਵੀਂ ਸਦੀ ਤੱਕ ਸ਼ਾਰਦਾ ਲਿਪੀ। ਇਹਦਾ ਬਹੁਤ ਮਹੱਤਵ ਹੈ, ਬਹੁਤ ਧਿਆਨ ਰੱਖਣਾ, ਗੁਰਮੁਖੀ ਲਿਪੀ ਦੇ ਵਿਕਾਸ ਦੇ ਵਿੱਚ, ਨਿਕਾਸ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ। ਸ਼ਾਰਦਾ ਅਤੇ ਦੇਵਾਸ਼ੇਸ਼, ਦੇਵਾਸ਼ੇਸ਼ ਨੂੰ ਪ੍ਰਥਮ ਗੁਰਮੁਖੀ ਵੀ ਕਿਹਾ ਹੈ। ਇਹ 10ਵੀਂ ਤੋਂ 16ਵੀਂ ਸਦੀ ਦੇ ਵਿੱਚ ਇਹ ਰਹੀ ਹੈ, ਆਹ 8ਵੀਂ ਤੋਂ 13ਵੀਂ ਸਦੀ ਤੱਕ ਰਹੀ ਹੈ, ਇਹ 10ਵੀਂ ਤੋਂ 16ਵੀਂ ਹੈ। ਇਸ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵੀ ਸਰ ਜੀ ਆਹ ਤਾਂ 8ਵੀਂ ਤੋਂ 10ਵੀਂ ਹੋਣਾ ਚਾਹੀਦਾ, ਆਹ 10ਵੀਂ ਤੋਂ 16ਵੀਂ, ਐਵੇਂ ਨਹੀਂ ਹੈ ਕੁਛ ਵੀ, ਕਿਉਂਕਿ ਦੇਵਾਸ਼ੇਸ਼ ਅਤੇ ਸ਼ਾਰਦਾ ਇਕੱਠੀਆਂ ਵੀ ਚੱਲਦੀਆਂ ਰਹੀਆਂ ਇੱਕੋ ਸਮੇਂ, ਇਸ ਕਰਕੇ 8ਵੀਂ ਤੋਂ 13ਵੀਂ, ਉੱਧਰ 10ਵੀਂ ਤੋਂ 16ਵੀਂ ਹੈ। ਕੋਈ ਘਬਰਾਉਣ ਦੀ ਲੋੜ ਨਹੀਂ ਇਹਦੇ ਵਿੱਚ, ਤੁਸੀਂ ਸੋਚੋ ਸਰ ਗਲਤ ਕਰਦੀ ਆ, ਐਸਾ ਕੁਛ ਨਹੀਂ ਹੈ। ਉਸ ਤੋਂ ਬਾਅਦ ਗੁਰਮੁਖੀ ਜਿਹੜੀ, ਇਹਦਾ ਨਾਮ 16ਵੀਂ ਸਦੀ ਤੋਂ ਨਿਰੰਤਰ ਜਿਹੜਾ ਨਾਮ ਹੈ ਇਹਦਾ ਗੁਰਮੁਖੀ ਹੈ। ਲਓ ਆਪਾਂ ਕੁਛ ਗੱਲਾਂ ਕਰਦੇ ਹਾਂ, ਨੋਟ ਲੈ ਕੇ ਮੈਂ ਕੁਛ ਲਿਖਿਆ ਵੀ 10ਵੀਂ 11ਵੀਂ ਸਦੀ ਦੇ ਵਿੱਚ ਪੰਜਾਬ ਖੇਤਰ ਦੀ ਲਿਪੀ ਲਈ ਕਿਹੜੇ ਕਿਹੜੇ ਨਾਮ ਪ੍ਰਚਲਿਤ ਸੀਗੇ। ਅੱਛਾ, ਹੁਣ ਇਹਦਾ ਮਤਲਬ ਇਹ ਹੈ ਵੀ ਹੁਣ ਵੀ ਇਹ ਕਿਹਾ ਜਾਂਦਾ ਹੈ, ਕਿਹਾ ਕੀ ਜਾਂਦਾ, ਗੱਲ ਸੱਚ ਹੀ ਹੈ। ਪ੍ਰਿੰਸੀਪਲ ਤੇਜਾ ਸਿੰਘ ਦਾ ਜੇ ਆਪਾਂ ਇੱਕ ਲੇਖ ਪੜ੍ਹਦੇ ਹਾਂ ਪੰਜਾਬੀ ਬੋਲੀ ਦੇ ਨਿਕਾਸ ਬਾਰੇ, ਤਾਂ ਉਹ ਕਹਿੰਦਾ ਹੈ ਵੀ ਉਹਦਾ ਕਹਿਣਾ ਹੈ ਵੀ ਜਿਹੜਾ ਸਭ ਤੋਂ ਪੁਰਾਣਾ ਜਿਹੜਾ ਮਤਲਬ ਕੀ ਹੈ ਜਿਹੜਾ ਸਭ ਤੋਂ ਪਹਿਲਾ ਵੇਦ ਹੈ ਜਿਹੜਾ ਰਿਗਵੇਦ, ਰਿਗਵੇਦ ਦੀ ਰਚਨਾ ਜਿਹੜੀ ਉਹ ਪੰਜਾਬ ਦੀ ਧਰਤੀ 'ਤੇ ਹੁੰਦੀ ਹੈ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਹ ਗੱਲ ਬਿਲਕੁਲ ਸਹੀ ਹੈ, ਦਰੁਸਤ ਹੈ ਇਹ ਗੱਲ ਵੀ ਪੰਜਾਬ ਦੀ ਧਰਤੀ 'ਤੇ ਉਦੋਂ ਇਹਦਾ ਨਾਮ ਸੀ ਸਪਤ ਸਿੰਧੂ। ਸਪਤ ਸਿੰਧੂ ਮਤਲਬ ਸੱਤ ਨਦੀਆਂ ਵਗਦੀਆਂ ਸੀਗੀਆਂ, ਹੁਣ ਪੰਜ ਹੈ, ਇਸ ਕਰਕੇ ਇਹਦਾ ਨਾਮ ਪੰਜਾਬ ਹੈ। ਪੰਜਾਬ ਦੇ ਨਾਮ ਬਾਰੇ ਵੀ ਚਰਚਾ ਕਰਾਂਗੇ, ਫਿਲਹਾਲ ਆਪਾਂ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਬਾਰੇ। ਇਹਦਾ ਮਤਲਬ ਇਹ ਹੈ ਵੀ ਇਹਦਾ ਮਤਲਬ ਉਦੋਂ ਪੰਜਾਬ ਜਿਹੜਾ ਇਲਾਕਾ ਹੈ ਉਹਦਾ ਨਾਮ ਪੰਜਾਬ ਨਹੀਂ ਹੋਊਗਾ, ਚਲੋ ਠੀਕ ਹੈ, ਅਤੇ ਪੰਜਾਬ ਦੇ ਵਿੱਚ ਵਰਤੀ ਜਾਣ ਵਾਲੀ ਲਿਪੀ ਉਹਦਾ ਨਾਮ ਵੀ ਤਾਂ ਗੁਰਮੁਖੀ ਨਹੀਂ ਹੋਊਗਾ, ਫਿਰ ਉਹਦਾ ਨਾਮ ਕੁਛ ਹੋਰ ਹੋਊਗਾ। ਵੀ ਗੱਲ ਤਾਂ ਇੰਨੀ ਹੈ ਵੀ ਹਿੰਦੀ ਵਾਲੇ ਵਿਦਵਾਨ ਜੇ ਐਵੇਂ ਕਹਿ ਰਹੇ ਹੈ ਵੀ ਗੁਰਮੁਖੀ ਲਿਪੀ ਦਾ ਜਨਮ ਹੀ ਜਿਹੜਾ ਮਤਲਬ ਹੋਇਆ ਗੁਰੂ ਨਾਨਕ ਦੇਵ ਜੀ ਤੋਂ ਜਾਂ ਗੁਰੂ ਅੰਗਦ ਦੇਵ ਜੀ ਤੋਂ, ਇਹ ਗੱਲ ਤਾਂ ਉਹਨਾਂ ਦੀ ਗਲਤ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ, ਇਹਨਾਂ ਨੇ, ਸਾਡੇ ਗੁਰੂਆਂ ਨੇ ਗੁਰਮੁਖੀ ਲਿਪੀ ਨੂੰ ਅਨੁਕੂਲ ਸਮਝਿਆ ਪੰਜਾਬੀ ਭਾਸ਼ਾ ਲਿਖਣ ਵਾਸਤੇ। ਪੰਜਾਬੀ ਭਾਸ਼ਾ ਪਹਿਲਾਂ ਕਿਸੇ ਨਾ ਕਿਸੇ ਲਿਪੀ ਦੇ ਵਿੱਚ ਲਿਖੀ ਜਾਂਦੀ ਰਹੀ ਹੈ, ਅਤੇ ਗੁਰਮੁਖੀ ਲਿਪੀ ਵੀ ਉਦੋਂ ਸੀਗੀ,
ਪਰ ਗੁਰਮੁਖੀ ਲਿਪੀ ਦਾ ਨਾਮ ਕੁਛ ਹੋਰ ਸੀਗਾ। ਕਿਹੜੇ ਕਿਹੜੇ ਨਾਮ ਰਹੇ ਆ ਵੇਖ ਲਓ, 10ਵੀਂ 11ਵੀਂ ਸਦੀ ਦੇ ਵਿੱਚ ਪੰਜਾਬੀ, ਪੰਜਾਬ ਦੇ ਖੇਤਰ ਵਿੱਚ, ਪੰਜਾਬ ਏਰੀਏ ਦੇ ਵਿੱਚ ਜਿਹੜੀ ਵਰਤੀ ਜਾਂਦੀ ਸੀ ਲਿਪੀ, ਉਹਦੇ ਨਾਮ ਪਟੱਛਰੀ, ਸਿੱਧ ਮਾਤ੍ਰਿਕਾ, ਸ਼ਾਰਦਾ, ਇਹ ਨਾਮ ਪ੍ਰਚਲਿਤ ਸੀਗੇ। ਲਓ ਸਭ ਤੋਂ ਪਹਿਲੀ ਗੱਲ ਕਰਦੇ ਹਾਂ ਪੰਜਾਬੀ ਲਿਪੀ ਦੀ, ਜਿਹੜੀ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਬਾਰੇ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਕੀ ਕਹਿਣਾ। ਪ੍ਰੋਫੈਸਰ ਪ੍ਰੀਤਮ ਸਿੰਘ ਦੀ ਗੱਲ ਆਪਾਂ ਉੱਪਰ ਹੋ ਚੁੱਕੀ ਸੀ, ਹੈ ਨਾ, ਪ੍ਰੋਫੈਸਰ ਮੋਹਨ ਸਿੰਘ ਵਾਲਾ ਜਿਹੜਾ ਹਵਾਲਾ ਉਹ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਦੱਸਿਆ, ਅਤੇ ਦੂਸਰਾ ਜਿਹੜਾ ਕਵੀ ਕੰਕਣ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੇ ਮਤਲਬ ਕਿ ਗੁਰਮੁਖੀ ਅੱਖਰ ਬਣਾਏ ਆ, ਉਹ ਵੀ ਮਤਲਬ ਕਿ ਆ ਵੀ ਸਾਡੇ ਸਾਹਮਣੇ ਉਹ ਗੱਲ ਲਿਆਉਣ ਵਾਲਾ ਵੀ ਪ੍ਰੋਫੈਸਰ ਪ੍ਰੀਤਮ ਸਿੰਘ ਹੈ। ਗੱਲ ਕਲੀਅਰ ਹੋ ਗਈ। ਹੁਣ ਪ੍ਰੋਫੈਸਰ ਪ੍ਰੀਤਮ ਸਿੰਘ ਦੀਆਂ ਗੱਲਾਂ ਸੁਣ ਲਓ। ਸਭ ਤੋਂ ਪਹਿਲਾਂ ਆਪਾਂ ਇਹ ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਦੀਆਂ ਗੱਲਾਂ ਚਾਰ ਕੁ ਹੈ, ਅਤੇ 3-4 ਹੈਗੀਆਂ ਤਰਲੋਚਨ ਸਿੰਘ ਬੇਦੀ ਦੀਆਂ, ਅਤੇ ਫਿਰ ਸਰਦਾਰ ਜੀ ਬੀ ਸਿੰਘ ਦੀ ਗੱਲ ਕਰਾਂਗੇ। ਇਹਨਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਗੁਰਮੁਖੀ ਲਿਪੀ ਦੇ ਨਿਕਾਸ ਦੇ ਇਤਿਹਾਸ ਬਾਰੇ ਦੱਸਣਾ। ਇਹਨਾਂ ਨੇ ਦੱਸਿਆ ਵੀ ਇਤਿਹਾਸ ਦੇ ਮਤਲਬ ਗੁਰਮੁਖੀ ਲਿਪੀ ਦਾ ਨਿਕਾਸ ਕਿਵੇਂ ਹੋਇਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰੋਫੈਸਰ ਪ੍ਰੀਤਮ ਸਿੰਘ, ਉਹ ਕਹਿੰਦਾ ਵੀ ਗੁਰਮੁਖੀ ਹੈ ਜਿਹੜੀ ਉਹ ਸਿੱਧ ਮਾਤ੍ਰਿਕਾ ਦੀ ਵੰਸ਼ ਦਾ ਨਾਮ ਹੈ। ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣਾ, ਸਿੱਧਾਂ ਦੀ ਜਿਹੜੀ ਭਾਸ਼ਾ ਉਹਨੂੰ ਸਿੱਧ ਮਾਤ੍ਰਿਕਾ, ਸਿੱਧ ਮਾਤ੍ਰਿਕਾ ਲਿਪੀ ਸੀਗੀ ਜਿਹੜੀ, ਹੈ ਨਾ, ਸਿੱਧਾਂ ਦੀ ਲਿਪੀ ਜਿਹੜੀ ਕਹਿ ਲਓ ਤੁਸੀਂ, ਸਿੱਧ ਜੋਗੀਆਂ ਨੇ ਜਿਹੜੀ ਲਿਪੀ ਵਰਤੀ ਉਹਦਾ ਨਾਮ ਸੀ ਸਿੱਧ ਮਾਤ੍ਰਿਕਾ, ਹੈ ਨਾ। ਸਿੱਧ ਮਾਤ੍ਰਿਕਾ ਦੀ ਵੰਸ਼ ਹੈ ਗੁਰਮੁਖੀ ਲਿਪੀ, ਪ੍ਰੋਫੈਸਰ ਪ੍ਰੀਤਮ ਸਿੰਘ ਨੇ ਗੱਲ ਆਖੀ ਹੈ। ਕਹਿੰਦਾ ਜਿਸ ਨੂੰ ਪੰਜਾਬ ਦੀ ਨਵੀਂ ਆਰੀਆਈ ਭਾਸ਼ਾ ਦੇ ਪ੍ਰਗਟਾਓ ਦਾ ਮਾਧਿਅਮ ਬਣਾਇਆ ਗਿਆ। ਹੁਣ ਆਰੀਆ ਜਿਹੜੀ ਭਾਸ਼ਾ ਸੀਗੀ, ਦੇਖੋ ਜਿਹੜੀ ਮਤਲਬ ਕਿ ਵੇਦਾਂ ਦੀ ਰਚਨਾ ਉਹ ਆਰੀਆਈ ਭਾਸ਼ਾ ਦੇ ਵਿੱਚ ਹੈ, ਹੈ ਨਾ, ਉਹ ਹੁਣ ਪੰਜਾਬ ਦੇ ਵਿੱਚ ਉਹੀ ਭਾਸ਼ਾ, ਉਹ ਕਹਿੰਦਾ ਬਸ ਉਹ ਨਵੀਂ ਆਰੀਆਈ ਹੈ ਜਿਹੜੀ ਬਾਅਦ ਦੇ ਵਿੱਚ ਬੋਲੀ ਜਾਂਦੀ ਹੈ, ਜਿਹੜੀ ਗੁਰਮੁਖੀ ਲਿਪੀ ਨੂੰ ਲੈ ਕੇ ਬੋਲੀ ਜਾਂਦੀ ਹੈ, ਉਹ ਨਵੀਂ ਆਰੀਆਈ ਭਾਸ਼ਾ ਨੂੰ ਪ੍ਰਗਟਾਉਣ ਵਾਸਤੇ ਜਿਹੜੇ ਗੁਰਮੁਖੀ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ, ਉਹ ਉਹਨਾਂ ਦੀ ਵੰਸ਼ ਕੇਟ ਕਿੱਥੋਂ ਚੱਲਦੀ ਹੈ, ਸਿੱਧ ਮਾਤ੍ਰਿਕਤਾ ਚੱਲਦੀ ਹੈ। ਉਹ ਕਹਿੰਦਾ ਨਾਥਾ ਜੋਗੀਆਂ ਵੇਲੇ ਉੱਤਰੀ ਭਾਰਤ ਦੀ ਸਾਂਝੀ ਲਿਪੀ ਸੀ। ਕਹਿੰਦਾ ਉੱਤਰੀ ਭਾਰਤ ਦੇ ਵਿੱਚ ਤਾਂ ਬਹੁਤ ਕੁਛ ਆਉਂਦਾ, ਤੁਹਾਨੂੰ ਪਤਾ ਹੀ ਹੈ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਆਪਣੇ ਪੰਜਾਬ, ਇਹ ਹੈ ਜਿਹੜੇ ਉਹਦੇ ਵਿੱਚੋਂ ਖਾਸ ਕਰ ਨਾਥ ਜੋਗੀ ਹੈ ਜਿਹੜੇ ਉਹਨਾਂ ਦੇ ਟਿਕਾਣੇ ਰਾਜਸਥਾਨ ਅਤੇ ਪੰਜਾਬ ਦੇ ਵਿੱਚ ਰਹੇ ਆ, ਇਸ ਕਰਕੇ ਉਹਨਾਂ ਨੇ ਜਿਹੜੀ ਇੱਕ ਸਾਂਝੀ ਉੱਤਰੀ ਭਾਰਤ ਦੇ ਵਿੱਚ ਲਿਪੀ ਵਰਤੀ ਜਾਂਦੀ ਸੀ ਜਿਹੜੀ, ਉਹਦਾ ਨਾਮ ਸੀ ਸਿੱਧ ਮਾਤ੍ਰਿਕਾ। ਇਹਦਾ ਮਤਲਬ ਪੰਜਾਬ ਦੇ ਵਿੱਚ ਜਿਹੜੀ ਨਾਥਾਂ ਜੋਗੀਆਂ ਵੇਲੇ ਲਿਪੀ ਵਰਤੀ ਜਾਂਦੀ ਸੀ ਉਹਦਾ ਨਾਮ ਸਿੱਧ ਮਾਤ੍ਰਿਕਾ ਸੀਗਾ, ਹੈ ਕਿ ਨਹੀਂ, ਹੈ ਉਹੀ ਹੈ ਗੁਰਮੁਖੀ ਲਿਪੀ ਆ, ਉਹ ਅੱਗੇ ਜਾ ਕੇ ਹੌਲੀ ਹੌਲੀ ਗੁਰਮੁਖੀ ਲਿਪੀ 'ਚ ਤਬਦੀਲ ਹੋ ਗਏ ਉਹਦੇ ਅੱਖਰ। ਇਹ ਇਹ ਗੱਲ ਕੌਣ ਕਹਿ ਰਿਹਾ, ਪ੍ਰੋਫੈਸਰ ਪ੍ਰੀਤਮ ਸਿੰਘ, ਜਿਸ ਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਸਿੱਧ ਮਾਤ੍ਰਿਕਾ ਨੂੰ ਪੰਜਾਬੀ ਦੀ ਸਰੋਤ ਲਿਪੀ ਆਖਿਆ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਤੁਹਾਡਾ ਵੀ ਪ੍ਰੋਫੈਸਰ ਪ੍ਰੀਤਮ ਸਿੰਘ ਕਿਹੜੀ ਲਿਪੀ ਨੂੰ ਪੰਜਾਬੀ ਦੀ ਸਰੋਤ ਲਿਪੀ ਕਹਿੰਦਾ, ਕਿ ਉਹ ਆਪਣੇ ਜਿਹੜੀ ਦੇਵਾਸ਼ੇਸ਼ ਨੂੰ ਕਹਿੰਦਾ, ਜਾਂ ਉਹ ਸ਼ਾਰਦਾ ਲਿਪੀ ਨੂੰ ਕਹਿੰਦਾ, ਜਾਂ ਉਹ ਸਿੱਧ ਮਾਤ੍ਰਿਕਾ ਲਿਪੀ ਨੂੰ ਕਹਿੰਦਾ ਹੈ। ਸੋ ਪੰਜਾਬੀ ਦੀ ਸਰੋਤ ਲਿਪੀ, ਸਹਿ ਸਰੋਤ ਸਹਿ ਸਿੱਧ, ਸੋ ਸਰੋਤ ਲਿਪੀ ਜਿਹੜੀ ਉਹ ਪੰਜਾਬੀ ਦੀ ਸਰੋਤ ਲਿਪੀ ਸਿੱਧ ਮਾਤ੍ਰਿਕਾ ਲਿਪੀ ਨੂੰ ਕਿਹਾ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਆ। ਇਹ ਹਵਾਲਾ ਕਿਹਨੇ ਦਿੱਤਾ ਹੈ, ਪ੍ਰੋਫੈਸਰ ਪ੍ਰੀਤਮ ਸਿੰਘ ਨੇ, ਠੀਕ ਹੈ ਜੀ। ਇਹ ਵੀ ਹੋ ਸਕਦਾ ਵੀ ਸਿੱਧ ਮਾਤ੍ਰਿਕਾ ਨਾਮ ਨਾ ਆਵੇ, ਸਰੋਤ ਲਿਪੀ ਲਿਖਿਆ ਆ ਜੇ, ਇਹ ਵੀ ਧਿਆਨ ਰੱਖਣਾ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਅਨੁਸਾਰ, ਹੈ ਕਿ ਨਹੀਂ, ਜ਼ਰੂਰੀ ਥੋੜ੍ਹਾ ਵੀ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਨਾਮ ਲਿਖਿਆ ਹੀ ਅਗਲਾ, ਇਹ ਵੀ ਧਿਆਨ ਰੱਖਣਾ ਤੁਸੀਂ ਵੀ ਸਿੱਧ ਮਾਤ੍ਰਿਕਾ ਮੰਨ ਲਓ ਆਪਸ਼ਨ 'ਚ ਪਾਉਣਾ ਹੋਵੇ ਜਾਂ ਕਿਵੇਂ ਵੀ ਲਾ ਲਓ, ਜਾਂ ਸਿੱਧ ਮਾਤ੍ਰਿਕਾ ਬਾਰੇ ਕੋਈ ਪ੍ਰਸ਼ਨ ਪੁੱਛਣਾ ਹੋਵੇ ਤਾਂ ਸਰੋਤ ਲਿਪੀ ਨਾਮ ਲਿਖ ਸਕਦਾ ਉਸਨੂੰ। ਹਾਂ, ਤੁਹਾਡਾ ਮੇਨ ਪ੍ਰਸ਼ਨ ਹੈ ਜਿਹੜਾ ਉਹ ਮੈਂ ਤੁਹਾਨੂੰ ਦੱਸਤਾ ਵੀ ਪੰਜਾਬੀ ਦੀ ਸਰੋਤ ਲਿਪੀ ਕਿਹੜੀ ਲਿਪੀ ਨੂੰ ਕਿਹਾ ਹੈ, ਸਿੱਧ ਮਾਤ੍ਰਿਕਾ ਨੂੰ। ਬਤਾ ਹੀ ਤਾਂ ਮਤਲਬ ਕੀ ਹੈ, ਗੁਰਮੁਖੀ ਸਿੱਧ ਮਾਤ੍ਰਿਕਾ ਦੀ ਵੰਸ਼ ਹੈ, ਕਹਿੰਦਾ ਗੁਰਮੁਖੀ ਇਹ ਸਿੱਧ ਮਾਤ੍ਰਿਕਾ ਦੀ ਵੰਸ਼ ਹੈ, ਇਸੇ ਕਰਕੇ ਤਾਂ ਪੰਜਾਬੀ ਦੀ ਸਰੋਤ, ਪੰਜਾਬੀ ਦਾ ਸਰੋਤ ਕਿਹੜਾ ਸੀਗਾ, ਉਹ ਸੀਗਾ ਸਿੱਧ ਮਾਤ੍ਰਿਕਾ। ਅਗਲੀ ਗੱਲ ਕਰਦੇ ਹਾਂ ਜੀ ਵਿਦਵਾਨ ਦੀ, ਤਰਲੋਚਨ ਸਿੰਘ ਬੇਦੀ ਦੀ।
ਉਹ ਕਹਿੰਦਾ ਜੀ ਸ਼ਾਰਦਾ ਜਾਂ ਦੇਵਾਸ਼ੇਸ਼ ਤੋਂ ਟਾਕਰੀ ਅਤੇ ਗੁਰਮੁਖੀ ਲਿਪੀ ਵਿਕਸਿਤ ਹੋਈਆਂ। ਸ਼ਾਰਦਾ ਜਾਂ ਦੇਵਾਸ਼ੇਸ਼ ਤੋਂ ਬੇਦੀ ਨੇ ਕੀ ਕੀਤਾ, ਸ਼ਾਰਦਾ ਅਤੇ ਦੇਵਾਸ਼ੇਸ਼ ਦੋਨਾਂ ਤੋਂ ਕਿਹਾ ਵੀ ਟਾਕਰੀ ਅਤੇ ਗੁਰਮੁਖੀ ਲਿਪੀ ਵਿਕਸਿਤ ਹੁੰਦੀਆਂ। ਉਸ ਤੋਂ ਬਾਅਦ ਅਗਲੀ ਗੱਲ ਕੀ ਕੀਤੀ ਉਹਨੇ, ਬੇਦੀ ਨੇ ਦੇਵਾਸ਼ੇਸ਼ ਨੂੰ ਪ੍ਰਥਮ ਗੁਰਮੁਖੀ ਆਖਿਆ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਉੱਪਰ ਜਦੋਂ ਮੈਂ ਗੁਰਮੁਖੀ ਲਿਪੀ ਦੇ ਨਿਕਾਸ ਬਾਰੇ ਗੱਲ ਕੀਤੀ ਸੀ ਤਾਂ ਉਦੋਂ ਮੈਂ ਦੇਵਾਸ਼ੇਸ਼ ਨੂੰ ਪ੍ਰਥਮ ਗੁਰਮੁਖੀ ਲਿਖਿਆ। ਦੇਵਾਸ਼ੇਸ਼ ਦਾ ਦੂਸਰਾ ਨਾਮ ਪ੍ਰਥਮ ਗੁਰਮੁਖੀ, ਪ੍ਰਥਮ ਪਹਿਲੀ ਗੁਰਮੁਖੀ। ਅੱਛਾ, ਦੇਵਾਸ਼ੇਸ਼ ਨੂੰ ਪ੍ਰਥਮ ਗੁਰਮੁਖੀ ਨਾਮ ਦਿੱਤਾ ਕਿਹਨੇ ਹੈ? ਇਹ ਦਿੱਤਾ ਹੈ ਤਰਲੋਚਨ ਸਿੰਘ ਬੇਦੀ ਨੇ। ਯਾਦ ਰੱਖਣੀ ਹੈ ਗੱਲ, ਵੈਰੀ ਇੰਪੋਰਟੈਂਟ ਕੁਐਸਚਨ। ਦੇਵਾਸ਼ੇਸ਼ ਨੂੰ ਪ੍ਰਥਮ ਗੁਰਮੁਖੀ ਕਹਿਤਾ, ਉਹਦਾ ਸਮਾਂ ਉਹਨੇ ਕਿਹਾ ਵੀ ਇਹ 10ਵੀਂ ਤੋਂ 16ਵੀਂ ਸਦੀ ਤੱਕ ਪ੍ਰਥਮ ਗੁਰਮੁਖੀ, ਫਿਰ 16ਵੀਂ ਤੋਂ ਨਿਰੰਤਰ ਗੁਰਮੁਖੀ ਲਿਪੀ ਉਹਦਾ ਨਾਮ। ਪ੍ਰਥਮ ਗੁਰਮੁਖੀ ਦਾ ਸਰੂਪ ਵੀ ਤਰਲੋਚਨ ਸਿੰਘ ਬੇਦੀ ਨੇ ਪੇਸ਼ ਕੀਤਾ। ਪ੍ਰਥਮ ਗੁਰਮੁਖੀ ਦੀ ਉਹਨੇ ਬਕਾਇਦਾ ਜਿਹੜੀ ਉਹ ਆਪਣੇ ਵਰਣਮਾਲਾ ਜਿਹੜੀ ਉਹ ਵੀ ਪੇਸ਼ ਕੀਤੀ ਹੈ ਤਰਲੋਚਨ ਸਿੰਘ ਬੇਦੀ ਨੇ। ਕੁੱਲ 35 ਅੱਖਰ ਹੈ, 4 ਸਵਰ ਹੈ, ਜਿਹਦੇ ਵਿੱਚ ਜਿਵੇਂ ਊੜਾ ਐੜਾ ਈਡੀ ਤਾਂ ਸੀਗਾ ਹੀ, ਅਤੇ ਈਡੀ ਸਿਹਾਰੀ ਵੀ ਇੱਕ ਨਾਲ ਉਹਨੇ ਕੀਤਾ। ਜਿਵੇਂ ਆਹ ਤਾਂ ਹੈ ਹੀ ਊੜਾ ਐੜਾ ਈਡੀ, ਅਤੇ ਉਸ ਤੋਂ ਬਾਅਦ ਈਡੀ ਸਿਹਾਰੀ ਵੀ ਇੱਕ। ਹਾਂ, ਆਹ 4 ਹੋ ਗਏ ਨਾ ਸਵਰ, 4 ਸਵਰ ਹੋ ਗਏ, 3 ਸਵਰ ਤਾਂ ਆਪਣੇ ਹੁਣ ਵਰਤਮਾਨ ਵਾਲੀ 'ਚ ਹੈਗੀ ਹੈ, ਇੱਕ ਉਹਨੇ ਆਹ ਵੀ ਲਿਖਿਆ। ਉਹਨੇ ਪ੍ਰਥਮ ਗੁਰਮੁਖੀ ਦਾ ਦੱਸਿਆ, ਪ੍ਰਥਮ ਗੁਰਮੁਖੀ 35 ਅੱਖਰ। ਅੱਛਾ, ਫਿਰ ਤਾਂ 36 ਬਣ ਗਏ ਜੇ 4 ਸਵਰ ਹੋ ਗਏ, ਪਰ ਵੈ ਅਤੇ ਬੈ ਵਾਸਤੇ ਇੱਕ ਹੀ ਚਿੰਨ੍ਹ ਸੀਗਾ ਉਦੋਂ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਖਾਸ ਗੱਲ, ਵੈ ਵੈ ਵਾਜੇ ਵਾਲਾ ਅਤੇ ਬੈ ਬਾਂਦਰ ਵਾਲਾ, ਜਿਹੜਾ ਹੈ ਅਤੇ ਬੈ, ਇਹ ਦੋਨਾਂ ਵਾਸਤੇ ਇੱਕ ਹੀ ਚਿੰਨ੍ਹ ਵਰਤਿਆ ਜਾਂਦਾ ਸੀ, ਮਤਲਬ ਵੈ ਅਤੇ ਬੈ ਦੇ ਵਿੱਚ ਕੋਈ ਫਰਕ ਨਹੀਂ ਸੀ। ਅੱਜ ਦੀਆਂ ਵੀ ਬਹੁਤ ਭਾਸ਼ਾਵਾਂ ਸਾਡੀਆਂ ਜਿਹੜੀਆਂ ਪੰਜਾਬੀ ਦੀਆਂ ਉਹ ਭਾਸ਼ਾਵਾਂ ਜਿਹਦੇ ਵਿੱਚ ਉਹ ਵੈ ਅਤੇ ਬੈ ਦੇ ਵਿੱਚ ਜ਼ਿਆਦਾ ਫਰਕ ਨਹੀਂ ਕਰ ਸਕਦੇ, ਹੈ ਨਾ। ਸਾਡੇ ਮਾਲਵੇ ਦੇ ਲੋਕ ਹੈ ਜਿਹੜੇ ਉਹ ਬਾਲਾ ਨਹੀਂ ਕਰਦੇ ਗੇ, ਵੈ ਨੂੰ ਬੈ ਬਣਾ ਦਿੰਦੇ ਆ, ਬੈ ਨੂੰ ਵੈ ਬਣਾ ਦਿੰਦੇ ਆ। ਸੋ ਇਸ ਕਰਕੇ ਕੋਈ ਦਿੱਕਤ ਨਹੀਂ, ਇਹ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ। ਵੈ ਅਤੇ ਬੈ ਵਾਸਤੇ ਕੇਵਲ ਇੱਕ ਹੀ ਚਿੰਨ੍ਹ ਸੀ, ਇਸ ਕਰਕੇ ਵੈ ਅਤੇ ਬੈ ਇਹ ਦੋਨੋਂ ਇੱਕ ਹੀ ਅੱਖਰ ਹੋ ਗਏ। ਫਿਰ ਜੇ ਮੰਨ ਲਓ 35 ਪਲੱਸ 1 ਵਧਿਆ, ਅਤੇ 35 ਦੇ ਵਿੱਚੋਂ 36 'ਚੋਂ 1 ਮੈਨਿਸ ਵੀ ਤਾਂ ਹੋ ਗਿਆ, ਵੈ ਅਤੇ ਬੈ ਦੋਨਾਂ ਦਾ ਇੱਕ ਹੀ ਅੱਖਰ ਵਰਤਿਆ ਜਾਂਦਾ ਸੀ, ਇਸ ਕਰਕੇ ਅੱਖਰ 35-35 ਰਹਿ ਗਏ, ਅੱਖਰ 35 ਰਹਿ ਗਏ। ਹਾਂ, ਸਵਰ 4 ਹੋ ਗਏ ਜਿਹੜੀ ਗੱਲ ਹੈ, ਅਤੇ ਵਿਅੰਜਨ ਜਿਹੜੇ ਉਹ ਹੋ ਗਏ ਮਤਲਬ 31, ਹੈ ਨਾ, ਵਰਤਮਾਨ 'ਚ ਜਿਵੇਂ 32 ਹੈ। ਇਹ ਤਾਂ ਗੱਲ ਕਰਾਂਗੇ ਆਪਣੇ ਵਿਅੰਜਨਾਂ ਸਵਰਾਂ ਬਾਰੇ, ਕੱਲ੍ਹ ਕਰ ਹੀ ਚੁੱਕੇ ਹਾਂ, ਕਰਾਂ ਤਾਂ ਕੀ ਕਰ ਹੀ ਚੁੱਕੇ ਹਾਂ ਆਪਾਂ ਧੁਨੀ ਬੋਧ ਵਾਲੀ ਕਲਾਸ ਦੇ ਵਿੱਚ। ਹਾਂ, ਉਸ ਤੋਂ ਬਾਅਦ ਨੋਟ ਲਾ ਕੇ ਮੈਂ ਗੱਲ ਲਿਖੀ ਹੈ ਤਰਲੋਚਨ ਸਿੰਘ ਬੇਦੀ ਨੇ ਕੀ ਕੀਤਾ। ਹੋਰ ਤਰਲੋਚਨ ਸਿੰਘ ਬੇਦੀ ਨੇ ਸ਼ਾਰਦਾ, ਤਰਲੋਚਨ ਸਿੰਘ ਬੇਦੀ ਨੇ ਸ਼ਾਰਦਾ, ਟਾਕਰੀ ਅਤੇ ਗੁਰਮੁਖੀ ਲਿਪੀ ਦੇ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਗਿਣਾਈਆਂ। ਇਹ ਤਰਲੋਚਨ ਸਿੰਘ ਬੇਦੀ ਨੇ ਕੀ ਕੀਤਾ ਹੈ ਵੀ ਜਿਹੜੀ ਪਹਿਲਾਂ ਵਰਤੀ ਜਾਂਦੀ ਸੀ, ਆਹ ਦੇਖ ਲਓ, ਸ਼ਾਰਦਾ ਕਦੋਂ ਵਰਤੀ ਜਾਂਦੀ ਸੀ, ਆਹ ਦੇਖ ਲਓ ਸ਼ਾਰਦਾ। ਇਹਦਾ ਮਤਲਬ ਇਹ ਹੈ ਵੀ ਪੰਜਾਬੀ ਲਿਪੀ ਦਾ ਸੰਬੰਧ ਤਰਲੋਚਨ ਸਿੰਘ ਬੇਦੀ ਨੇ 8ਵੀਂ ਸਦੀ ਦੇ ਨਾਲ ਜੋੜਤਾ ਜਾ ਕੇ। ਉਹਨੇ ਸ਼ਾਰਦਾ ਅਤੇ ਗੁਰਮੁਖੀ ਲਿਪੀ ਦਾ ਤੁਲਨਾਤਮਕ ਅਧਿਐਨ ਕੀਤਾ। ਆਹ ਦੇਖ ਲਓ, ਤਿੰਨਾਂ ਦਾ ਤਾਂ ਗੁਰਮੁਖੀ ਅਤੇ ਟਾਕਰੀ ਦੇ 15 ਵਰਣ ਬਿਲਕੁਲ ਸਾਂਝੇ ਹੈ, ਸਾਂਝੇ ਮਤਲਬ ਬਿਲਕੁਲ ਮਿਲਦੇ ਹੁਣ, ਜਿਹੜੇ ਉਹਨਾਂ ਨੂੰ ਕਿਹਾ ਜਾਂਦਾ ਸਾਂਝੇ, ਸਾਂਝੇ ਮਤਲਬ ਹੂਬ ਹੂ ਉਹਦੇ ਵਰਗੇ 15, ਅਤੇ ਗੁਰਮੁਖੀ ਅਤੇ ਸ਼ਾਰਦਾ ਦੇ 7 ਵਰਣ ਸਾਂਝੇ ਆਪਸ ਦੇ ਵਿੱਚ। ਸਰਦਾਰ ਜੀਬੀ ਸਿੰਘ ਨੇ ਕੀ ਕੀਤਾ, ਸਰਦਾਰ ਜੀਬੀ ਸਿੰਘ ਸੋਰੀ ਹਾਂ ਆਹ ਜੀਬੀ ਸਿੰਘ ਦੀ ਗੱਲ ਕਰ ਰਿਹਾ ਮੈਂ, ਨਹੀਂ ਤਰਲੋਚਨ ਸਿੰਘ ਬੇਦੀ ਨਹੀਂ।
ਇਹ ਜਿਹੜਾ ਹਾਂ ਤੁਲਨਾਤਮਕ ਅਧਿਐਨ, ਸੋਰੀ ਜੇ ਮੈਂ ਗਲਤੀ ਨਾਲ ਤ੍ਰਿਲੋਚਨ ਸਿੰਘ ਬੇਦੀ ਨਾਮ ਬੋਲਤਾ ਤਾਂ ਮੈਂ ਦੁਬਾਰਾ ਦਰੁਸਤ ਕਰ ਲਾਂ, ਵੀ ਇਹ ਤਿੰਨਾਂ ਲਿਪੀਆਂ ਦਾ ਤੁਲਨਾਤਮਕ ਅਧਿਐਨ ਸਰਦਾਰ ਜੀ ਬੀ ਸਿੰਘ ਨੇ ਕੀਤਾ। ਸਰਦਾਰ ਜੀ ਬੀ ਸਿੰਘ ਨੇ ਗੁਰਮੁਖੀ, ਸ਼ਾਰਦਾ ਅਤੇ ਟਾਕਰੀ ਦਾ ਤੁਲਨਾਤਮਕ ਅਧਿਐਨ ਕਰਕੇ ਇਹ ਦੱਸਿਆ ਵੀ ਗੁਰਮੁਖੀ ਅਤੇ ਟਾਕਰੀ ਦੇ 15 ਵਰਨ ਆਪਸ ਦੇ ਵਿੱਚ ਸਾਂਝੇ ਹੈ ਅਤੇ ਗੁਰਮੁਖੀ ਅਤੇ ਸ਼ਾਰਦਾ ਦੇ 7 ਵਰਨ ਆਪਸ ਦੇ ਵਿੱਚ ਸਾਂਝੇ। ਇਹਦਾ ਮਤਲਬ ਇਹ ਹੈ ਵੀ ਗੁਰਮੁਖੀ ਲਿਪੀ ਦਾ ਸੰਬੰਧ ਸ਼ਾਰਦਾ ਦੇ ਨਾਲ ਜੁੜਦਾ ਹੈ, ਸ਼ਾਰਦਾ ਦਾ ਸੰਬੰਧ ਗੁਰਮੁਖੀ ਲਿਪੀ ਦੇ ਨਾਲ ਹੈ, ਇਸ ਕਰਕੇ ਗੁਰਮੁਖੀ ਲਿਪੀ 8ਵੀਂ ਸਦੀ 'ਤੇ ਜਾ ਪਹੁੰਚਦੀ ਹੈ। ਇਹ ਕੰਮ, ਇਹ ਖੋਜ ਆ ਜਿਹੜੀ ਹੈ ਸਰਦਾਰ ਜੀ ਬੀ ਸਿੰਘ ਨੇ ਕੀਤੀ ਹੈ। ਹੁਣ ਜੀ ਬੀ ਸਿੰਘ ਦੀ ਗੱਲ ਕਰਦੇ ਹਾਂ। ਜੀ ਬੀ ਸਿੰਘ ਨੇ ਬੜੀਆਂ ਇੰਪੋਰਟੈਂਟ ਗੱਲਾਂ ਦੱਸੀਆਂ। ਲਓ, ਉਹ ਕਹਿੰਦਾ ਵੀ ਐੜਾ ਤਾਂ 10ਵੀਂ 11ਵੀਂ ਸਦੀ ਦੇ ਵਿੱਚ ਬਣ ਗਿਆ ਸੀ, ਐੜਾ ਅੱਖਰ ਲਿਪੀ ਦੀ ਗੱਲ ਕਰ ਰਿਹਾ। ਨੰਗਾ ਜਿਹੜਾ ਉਹ 8ਵੀਂ ਸਦੀ ਦੇ ਵਿੱਚ ਹੈ, ਕੱਕਾ ਕੱਕਾ ਗੱਗਾ ਕੱਗਾ ਨੰਗਾ। ਉਸ ਤੋਂ ਬਾਅਦ ਬੱਬਾ ਜਿਹੜਾ 9ਵੀਂ 10ਵੀਂ ਸਦੀ ਦੇ ਵਿੱਚ ਆਪਣੇ ਵਰਤਮਾਨ ਸਰੂਪ ਨੂੰ ਪ੍ਰਾਪਤ ਕਰ ਚੁੱਕਿਆ ਸੀ। ਅਣਾਣਾ ਜਿਹੜਾ ਕਹਿੰਦਾ ਉਹ ਪਹਿਲਾਂ 8ਵੀਂ ਪੁਜੀਸ਼ਨ ਦੇ ਵਿੱਚ ਸੀ, ਲੇਟਿਆ ਹੋਇਆ ਸੀ ਵਿਚਾਰਾ। ਕਹਿਣ ਦਾ ਮਤਲਬ ਇਸ ਤਰ੍ਹਾਂ ਸੀ, ਲੇਟਿਆ ਹੋਇਆ, ਆਹ ਚੱਕੋ ਲੇਟਤਾ ਇਹਨੂੰ ਮੈਂ ਲਿਟਾਤਾ, ਐਵੇਂ ਸੀਗਾ ਕਹਿੰਦਾ। ਪਹਿਲਾਂ 8ਵੀਂ ਪੁਜੀਸ਼ਨਸ ਦੇ ਵਿੱਚ ਸੀਗਾ ਅਣਾਣਾ। ਇਹ ਪਹਿਲਾਂ ਮਤਲਬ ਜਦੋਂ ਜੀ ਬੀ ਸਿੰਘ ਦੋਨਾਂ ਇਹਨਾਂ ਦਾ ਤੁਲਨਾਤਮਕ ਅਧਿਐਨ ਕਰ ਰਿਹਾ ਉਦੋਂ ਦੀ ਗੱਲ ਕਰ ਰਿਹਾ ਵੀ ਡਾਣੇ ਅੱਖਰ ਦੀ ਪਹਿਲਾਂ ਪੁਜੀਸ਼ਨ ਕਿਹੜੀ ਸੀਗੀ, 8ਵੀਂ ਸੀ, ਆਹ ਲਿਖਿਆ। ਹੁਣ ਇਹਨੂੰ ਘੁਮਾ ਕੇ ਜਦੋਂ ਤੁਸੀਂ ਕਰੋਗੇ ਤਾਂ ਐਂ ਬਣ ਜੂਗਾ, ਦੇਖ ਲਓ। ਹੁਣ ਇਹ 8ਵੀਂ ਪੁਜੀਸ਼ਨ ਦੇ ਵਿੱਚ ਹੋ ਗਿਆ। ਉਸ ਤੋਂ ਬਾਅਦ ਗੁਰਮੁਖੀ ਅਤੇ ਟਾਕਰੀ ਦਾ ਹਾਹਾ ਜਿਹੜਾ, ਦੇਖੋ ਕਿਵੇਂ ਲਿਖਿਆ ਜਾਂਦਾ ਸੀ, ਟਾਕਰੀ ਦੇ ਵਿੱਚ ਹਾਹਾ ਇਸ ਤਰ੍ਹਾਂ ਲਿਖਿਆ ਜਾਂਦਾ ਸੀਗਾ ਹਾਹਾ, ਅਤੇ ਗੁਰਮੁਖੀ ਦੇ ਵਿੱਚ ਉਹਦਾ ਪਾਸਾ ਪਲਟਾ ਦਿੱਤਾ, ਬਾਅਦ ਵਿੱਚ ਉਸ ਨੂੰ ਇਸ ਤਰ੍ਹਾਂ ਕਰਤਾ। ਅੜਾੜਾ ਵੀ ਡੈ ਤੋਂ ਹੀ ਬਣਾਇਆ ਗਿਆ ਹੈ ਨਾ, ਅੜਾੜਾ ਜਿਹੜੀ ਹੈ ਬੜੀ ਯੂਨੀਕ ਧੁਨੀ ਹੈ, ਅੜਾ ਜਿਹੜਾ ਉਹ ਡੈ ਤੋਂ ਬਣਾਇਆ, ਡੈ ਨੂੰ ਗੋਡਾ ਲਾ ਕੇ ਥੱਲੇ ਬਣਾਤਾ, ਡੈ ਤੋਂ ਹੀ ਬਣਾਤਾ, ਦੇਖੋ ਅੜਾੜਾ ਹੈ ਥੱਲੇ, ਹੈ ਨਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਅੜਾੜਾ ਜਿਹੜਾ ਹੈਗਾ ਲਿਪੀ, ਅੜਾੜਾ ਜਿਹੜੀ ਧੁਨੀ ਹੈ, ਅੱਖਰ ਆ ਜਿਹੜਾ, ਇਹ ਡੱਡੇ ਤੋਂ ਬਣਿਆ ਹੈ ਨਾ, ਡੈ ਡੱਡੂ ਵਾਲੇ ਤੋਂ। ਹਾਂ, ਉਸ ਤੋਂ ਬਾਅਦ ਹੋਰ ਗੱਲ ਕੀ ਕੀਤੀ ਹੈ ਸਰਦਾਰ ਜੀ ਬੀ ਸਿੰਘ ਨੇ, ਬੜੀਆਂ ਕੰਮ ਦੀਆਂ ਗੱਲਾਂ ਆਖੀਆਂ, ਤੁਸੀਂ ਸਾਰੀਆਂ ਯਾਦ ਰੱਖਣੀਆਂ। ਹਾਂ, ਸੱਸੇ ਅਤੇ ਹਾਹੇ ਨੂੰ ਪਿੱਛੋਂ ਚੁੱਕ ਕੇ 3 ਸਵਰ ਵਾਹਕਾਂ ਦੇ ਪਿੱਛੇ ਰੱਖਿਆ ਗਿਆ। ਇਹ ਸਾਡੇ ਕੀ ਕੀਤਾ, ਇਹ ਸਾਡੇ ਸਿੱਖ ਗੁਰੂਆਂ ਨੇ ਕੀਤਾ ਵੀ ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਗੁਰਮੁਖੀ ਲਿਪੀ ਨੂੰ ਸਜਾਇਆ ਸੰਵਾਰਿਆ ਕਿਵੇਂ, ਮਤਲਬ ਵੀ ਗੁਰਮੁਖੀ ਲਿਪੀ ਦੇ ਜਿਹੜੇ ਅੱਖਰ ਸੀਗੇ ਉਹਨਾਂ ਦਾ ਮਤਲਬ ਕੀ ਹੈ ਸਰੂਪ ਤੈਅ ਕੀਤਾ, ਉਹਨਾਂ ਦੀ ਜਗ੍ਹਾ ਸਥਾਨ ਤੈਅ ਕੀਤੀ। ਪਹਿਲਾਂ ਕੀ ਊੜਾ ਐੜਾ ਈੜੀ ਇਹ ਤਾਂ ਸੀਗੇ ਸ਼ੁਰੂ ਦੇ ਵਿੱਚ ਸਵਰ, ਪਰ ਸੱਸਾ ਅਤੇ ਹਾਹ ਸੀਗੇ ਜਿਹੜੇ ਉਹ ਪਹਿਲੀ ਲਾਈਨ ਦੇ ਵਿੱਚ ਨਹੀਂ ਸੀਗੇ, ਪਹਿਲੀ ਪੰਕਤੀ ਦੇ ਵਿੱਚ ਨਹੀਂ ਸੀਗੇ, ਮੁੱਖ ਪੰਕਤੀ ਦੇ ਵਿੱਚ ਨਹੀਂ ਸੀਗੇ। ਇਹਨਾਂ ਨੂੰ ਪਿੱਛੋਂ ਚੁੱਕ ਕੇ ਸੱਸੇ ਅਤੇ ਆਹੇ ਨੂੰ ਬਾਅਦ ਵਿੱਚ 3 ਸਵਰ ਵਾਹਕਾਂ ਦੇ ਪਿੱਛੇ ਰੱਖਿਆ ਗਿਆ। ਪਹਿਲੀ ਲਾਈਨ ਜਦੋਂ ਆਪਾਂ ਪੜ੍ਹਦੇ ਹਾਂ ਊੜਾ ਐੜਾ ਈੜੀ ਸੱਸਾ ਹਾਹਾ, ਸੱਸਾ ਹਾਹਾ ਬਾਅਦ ਦੇ ਵਿੱਚ ਲਿਆਂਦੇ ਗਏ ਆ। ਗੁਰਮੁਖੀ ਸ਼ਾਰਦਾ ਅਤੇ ਟਾਕਰੀ ਵਿੱਚ ਉਹ ਜਿਹੜਾ ਉਹ ਊੜੇ ਤੋਂ ਸ਼ੁਰੂ ਹੁੰਦੇ ਆ ਤਿੰਨੇ, ਗੁਰਮੁਖੀ ਲਿਪੀ ਦੇ ਵੀ ਊੜੇ ਤੋਂ, ਸ਼ਾਰਦਾ ਲਿਪੀ ਦੀ ਵਰਣਮਾਲਾ ਵੀ ਊੜੇ ਤੋਂ ਸ਼ੁਰੂ ਹੁੰਦੀ ਹੈ, ਟਾਕਰੀ ਦੀ ਵਰਣਮਾਲਾ ਵੀ ਊੜੇ ਤੋਂ ਸ਼ੁਰੂ ਹੁੰਦੀ ਹੈ। ਓਮ ਵਿੱਚ ਆਉਣ ਕਰਕੇ ਓਮ ਹੈ ਜਿਹੜਾ, ਇਹਦਾ ਤੁਹਾਨੂੰ ਪਤਾ ਹੀ ਹੈ ਬਹੁਤ ਮਹੱਤਵ ਹੈ ਇਸ ਸ਼ਬਦ ਦਾ, ਅਧਿਆਤਮਿਕ ਸ਼ਬਦ ਹੈ ਇਹ, ਇਸ ਕਰਕੇ ਓਮ ਸ਼ਬਦ ਦੇ ਵਿੱਚ ਉਹ ਅੱਖਰ ਆਉਣ ਕਰਕੇ ਵਰਣਮਾਲਾ ਵਿੱਚ ਸਭ ਤੋਂ ਪਹਿਲਾਂ ਰੱਖਿਆ ਗਿਆ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਗੱਲ, ਇਹ ਤਿੰਨਾਂ ਲਿਪੀਆਂ ਦੇ ਵਿੱਚ ਹੀ ਆਉਂਦਾ ਸਭ ਤੋਂ ਪਹਿਲਾਂ, ਇਹ ਕੋਮਨ ਚੀਜ਼ਾਂ। ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਵੀ ਗੁਰਮੁਖੀ ਲਿਪੀ ਦਾ ਸੰਬੰਧ ਟਾਕਰੀ ਨਾਲ ਅਤੇ ਸ਼ਾਰਦਾ ਦੇ ਨਾਲ ਹੈ, ਬਹੁਤ ਪੁਰਾਣੀ ਹੈ ਇਹ ਲਿਪੀ, ਗੁਰਮੁਖੀ ਬਾਅਦ ਦੇ ਵਿੱਚ ਨਾਮ ਪਿਆ ਇਹਦਾ। ਹੁਣ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਦੇ ਵਿਕਾਸ ਦੀ। ਗੁਰਮੁਖੀ ਲਿਪੀ ਦਾ ਵਿਕਾਸ ਬਈ ਦੋ ਹੀ ਅਵਸਥਾਵਾਂ ਦੇ ਵਿੱਚ ਆਪਾਂ ਕਰਨਾ, ਆਹ ਦੇਖ ਲਓ
ਲਓ ਗੁਰਮੁਖੀ ਲਿਪੀ ਦਾ ਵਿਕਾਸ ਜਦੋਂ ਉੱਪਰ ਜਿਹੜੀਆਂ ਗੱਲਾਂ ਕੀਤੀਆਂ ਨਾ ਮੈਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਆਉਂਦੀਆਂ ਉਹ ਉੱਪਰ ਵਾਲੀਆਂ ਗੱਲਾਂ ਜਿਹੜੀਆਂ ਸਾਰੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ। ਹਾਂ ਇਹ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਨਾਲ ਕਲੀਅਰ ਹੋ ਗਈਆਂ। ਹੁਣ ਦੇਖੋ ਕੁਝ ਵਿਸ਼ੇਸ਼ਤਾਵਾਂ ਤੁਹਾਨੂੰ ਇੱਥੇ ਵੀ ਪਤਾ ਲੱਗ ਜਾਣਗੀਆਂ। ਪਹਿਲੇ ਪੜਾਅ ਦੇ ਵਿੱਚ 16ਵੀਂ ਤੋਂ 19ਵੀਂ ਸਦੀ ਦੀ ਗੱਲ ਕਰਦੇ ਹਾਂ। 16ਵੀਂ ਸਦੀ ਤੱਕ ਗੁਰਮੁਖੀ ਦਾ ਪ੍ਰਥਮ ਸਰੂਪ, ਉਹਦੀਆਂ ਨਿਸ਼ਚਿਤ ਵਿਸ਼ੇਸ਼ਤਾਵਾਂ, ਇਹ ਸਾਰੀਆਂ ਚੀਜ਼ਾਂ ਦਿਖਾਈ ਦੇਣ ਲੱਗ ਜਾਂਦੀਆਂ। ਸਿੱਖ ਗੁਰੂ ਸਾਹਿਬਾਨ ਇਸ ਨੂੰ ਸਥਾਨਿਕ ਲੋਕਲ ਲਿਪੀ ਵਜੋਂ ਅਪਣਾ ਲੈਂਦੇ ਆ। 19ਵੀਂ ਸਦੀ ਤੱਕ ਇਹਦਾ ਪ੍ਰਮਾਣਿਕ ਸਰੂਪ ਨਿਸ਼ਚਿਤ ਹੋ ਜਾਂਦਾ। ਇਸ ਕਰਕੇ ਇਹਦਾ ਪਹਿਲਾ ਵਿਕਾਸ ਪੜਾਅ 16ਵੀਂ ਤੋਂ 19ਵੀਂ ਸਦੀ ਤੱਕ ਰੱਖਿਆ ਗਿਆ। 19ਵੀਂ ਸਦੀ ਤੱਕ ਇਹਦਾ ਪ੍ਰਮਾਣਿਕ ਰੂਪ ਜਦੋਂ ਨਿਸ਼ਚਿਤ ਹੋ ਗਿਆ, ਇਹ ਵਿਕਾਸ ਹੁੰਦਾ ਹੈ। ਦੇਖੋ ਜੀ ਬੀ ਸਿੰਘ ਨੇ ਦੱਸੀਆਂ ਗੱਲਾਂ, ਸਰਦਾਰ ਜੀ ਬੀ ਸਿੰਘ ਕਹਿੰਦਾ ਵੀ ਐ ਦੀ ਸ਼ਾਰਦਾ ਵਾਲੀ ਉੱਪਰਲੀ ਰੇਖਾ 'ਤੇ ਪੈਰ ਵਿੱਚ ਪੱਚਰ ਖਤਮ ਹੋ ਜਾਂਦੀ ਹੈ। ਮਤਲਬ ਕੀ ਹੈ ਵੀ ਇਹ ਜਿਹੜਾ ਚਿੰਨ੍ਹ ਹੈ ਇਹ ਸ਼ਾਰਦਾ ਲਿਪੀ ਦੇ ਵਿੱਚ ਸੀਗਾ, ਊੜਾ ਐੜਾ। ਇਹਦੀ ਕੀ ਆ ਵੀ ਉੱਪਰ ਪੂਰੀ ਰੇਖਾ ਸੀਗੀ ਇੱਕ ਤਾਂ, ਇੱਕ ਥੱਲੇ ਦੇ ਪੱਚਰ ਸੀਗੇ, ਇਸ ਤਰ੍ਹਾਂ ਇਹਨੂੰ ਵੀ ਖਤਮ ਕਰਤਾ, ਪੂਰੀ ਰੇਖਾ ਖਤਮ ਕਰਤੀ, ਹੁਣ ਇਸ ਤਰ੍ਹਾਂ ਆ ਗਿਆ। ਐ ਊੜਾ ਅਤੇ ਈੜੀ ਦੀ ਸੁਤੰਤਰ ਧੁਨੀ ਖਤਮ ਹੋ ਜਾਂਦੀ ਹੈ। ਸ਼ਾਰਦਾ ਵਿੱਚ ਈੜੀ ਸਿਹਾਰੀ ਵਾਲਾ ਅੱਖਰ ਹੈ ਜਿਹੜਾ ਉਹ ਖਤਮ ਹੋ ਜਾਂਦਾ। ਤੁਹਾਨੂੰ ਪਤਾ ਹੀ ਹੈ, ਮੈਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਸ਼ਾਰਦਾ ਦੇ ਵਿੱਚ ਈੜੀ ਸਿਹਾਰੀ ਵਾਲਾ ਇੱਕ ਚੌਥਾ ਸਵਰ ਦੇ ਰੱਖਿਆ ਸੀਗਾ, ਉਹ ਖਤਮ ਕਰਤਾ ਸ਼ਾਰਦਾ ਵਾਲਾ, ਅਤੇ ਊੜਾ ਅਤੇ ਈੜੀ ਆ ਜਿਹੜੇ ਇਹਨਾਂ ਦੀ ਸੁਤੰਤਰ ਧੁਨੀ ਆ ਖਤਮ ਹੋ ਜਾਂਦੀ ਹੈ। ਹੁਣ ਤੁਹਾਨੂੰ ਪਤਾ ਹੀ ਹੈ ਐੜਾ ਤਾਂ ਸੁਤੰਤਰ ਹੋ ਜਾਂਦਾ, ਐੜੇ ਨੂੰ ਮੁਕਤੇ ਦੀ ਮਾਤਰਾ ਲੱਗਦੀ ਹੈ, ਹੈ ਨਾ, ਐੜਾ ਮੁਕਤਾ ਰੂਪ ਵਿੱਚ ਆ ਜਾਂਦਾ ਕਹਿਣ ਦਾ ਮਤਲਬ, ਅਤੇ ਊੜਾ ਅਤੇ ਈੜੀ ਇਹ ਦੋਨੋਂ ਕਦੇ ਵੀ ਮੁਕਤਾ ਰੂਪ 'ਚ ਨਹੀਂ ਆਉਂਦੇ। ਇਸ ਕਰਕੇ ਇਹਨਾਂ ਦੀ ਸੁਤੰਤਰ ਧੁਨੀ ਖਤਮ ਹੋ ਜਾਂਦੀ ਹੈ। ਵਰਤਮਾਨ ਦੇ ਵਿੱਚ ਤੁਸੀਂ ਦੇਖ ਲਿਓ ਊੜਾ ਅਤੇ ਈੜੀ ਆ, ਇਹਨਾਂ ਨੂੰ ਕੋਈ ਨਾ ਕੋਈ ਮਾਤਰਾ ਜ਼ਰੂਰ ਲੱਗੀ ਹੋਊਗੀ। ਉਸ ਤੋਂ ਬਾਅਦ ਵਾਵਾ ਅਤੇ ਬੱਬੇ ਵਾਸਤੇ ਸਾਂਝਾ ਚਿੰਨ੍ਹ ਸੀ, ਤੁਹਾਨੂੰ ਪਤਾ ਹੀ ਹੈ 16ਵੀਂ ਸਦੀ ਦੇ ਵਿੱਚ ਬੈ ਦੀ ਵਰਤੋਂ ਸ਼ੁਰੂ ਹੋਈ ਹੈ। ਅਗਰ ਪ੍ਰਸ਼ਨ ਬਣ ਜੇ ਵੀ ਵਾਹ ਅਤੇ ਬੈ ਲਈ ਸਾਂਝਾ ਚਿੰਨ੍ਹ ਸੀਗਾ ਇੱਕ, ਪਰ 16ਵੀਂ ਸਦੀ ਦੇ ਵਿੱਚ ਵੈ ਦੀ ਵਰਤੋਂ ਕੀ ਸ਼ੁਰੂ ਹੋਈ ਹੈ? ਅਗਰ ਪ੍ਰਸ਼ਨ ਹੀ ਘੁਮਾ ਕੇ ਪੁੱਛਣਾ ਤਾਂ ਬੈ ਦੀ ਥਾਂ 'ਤੇ ਵੈ ਲਿਖ ਸਕਦਾ। ਤੁਸੀਂ ਧਿਆਨ ਰੱਖਣਾ ਵੀ ਬਾਂਦਰ ਸਭ ਤੋਂ ਪਹਿਲਾਂ ਆਏ ਆ, ਇਸ ਕਰਕੇ ਬਾਂਦਰ ਹੈ ਜਿਹੜੀ ਬੈ ਦੀ ਵਰਤੋਂ ਸਭ ਤੋਂ ਪਹਿਲਾਂ ਸ਼ੁਰੂ ਹੋਈ ਹੈ। ਮਤਲਬ ਕੀ ਹੈ, ਬੈ ਦੀ ਵਰਤੋਂ ਜਿਹੜੀ ਸ਼ੁਰੂ ਹੋਈ ਹੈ 16ਵੀਂ ਸਦੀ ਦੇ ਵਿੱਚ, ਵੈ ਤਾਂ ਪਹਿਲਾਂ ਤੋਂ ਹੀ ਪ੍ਰਚਲਨ ਦੇ ਵਿੱਚ ਸੀਗਾ ਬੈ ਦੀ 16ਵੀਂ ਸਦੀ ਦੇ। ਹੁਣ ਸ਼ਾਰਦਾ ਦੇ ਵਿੱਚ ਡੈ ਅੱਖਰ ਨਹੀਂ ਸੀਗਾ, ਅਤੇ ਗੁਰਮੁਖੀ ਲਿਪੀ ਵਿੱਚ ਡੈ ਸੀ ਜਿਹੜਾ, ਡੈ ਡੱਡੂ ਵਾਲਾ, ਉਹਨੂੰ ਇੱਕ ਥੱਲੇ ਹੋਰ ਲੱਤ ਲਾ ਕੇ ਅਤੇ ਡੈ ਬਣਾਤਾ, ਦੇਖ ਲਓ ਡੈ ਤੋਂ ਡੈ ਬਣਾਤਾ। ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ ਅੜੈ ਦੀ ਵਰਤੋਂ ਪੰਜਾਬੀ ਸਾਹਿਤ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ। ਇਹ ਮੇਰਾ ਪ੍ਰਸ਼ਨ ਬੜੇ ਸ਼ਾਨਦਾਰ ਤਰੀਕੇ ਨਾਲ ਗਲਤ ਹੋ ਗਿਆ ਸੀ। ਕਾਰਨ ਇਹਦੇ ਪਿੱਛੇ ਬਹੁਤ ਵੱਡਾ ਕਾਰਨ, ਮੈਂ ਥੋੜ੍ਹਾ ਜਿਹਾ ਦਿਮਾਗ ਨਹੀਂ ਲਾਇਆ, ਕਿਉਂਕਿ ਗੁਰਮੁਖੀ ਲਿਪੀ ਦੀ ਗੱਲ ਕੀਤੀ ਸੀਗੀ। ਗੁਰਮੁਖੀ ਲਿਪੀ ਮੈਂ ਸੋਚਿਆ ਤਾਂ ਬਾਬੇ ਸ਼ੇਖ ਫਰੀਦ ਨੇ ਵੀ ਵਰਤਿਆ, ਆਪਸ਼ਨ ਦੇ ਵਿੱਚ ਬਾਬਾ ਸ਼ੇਖ ਫਰੀਦ ਵੀ ਸੀਗਾ, ਹੈ ਨਾ, ਅੜੈ ਅੱਖਰ। ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਬਾਬਾ ਸ਼ੇਖ ਫਰੀਦ ਤਾਂ ਗੁਰਮੁਖੀ ਲਿਪੀ 'ਚ ਲਿਖ ਹੀ ਨਹੀਂ ਰਿਹਾ, ਬਾਬੇ ਸ਼ੇਖ ਫਰੀਦ ਤਾਂ ਲਿਪੀ ਫਾਰਸੀ ਹੈ, ਹੈ ਨਾ, ਕੋਮਨ ਜੀ ਗੱਲ ਸੀਗੀ, ਧਿਆਨ ਰੱਖਿਓ ਤੁਸੀਂ। ਇਸ ਤਰ੍ਹਾਂ ਦੀ ਮਿਸਟੇਕ, ਐਸੀ ਗਲਤੀ ਕਰਨ ਸੇ ਬਚੇ, ਜਨਹਿਤ ਮੇ ਜਾਰੀ। ਹਾਂਜੀ, ਅੜੈ ਦੀ ਵਰਤੋਂ ਗੁਰਮੁਖੀ ਲਿਪੀ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਸ਼ਾਰਦਾ ਵਿੱਚ ਸਹਿ ਆ ਜਿਹੜਾ ਇਹ ਸਿਰ ਤੋਂ ਨੰਗਾ ਸੀਗਾ ਵਿਚਾਰਾ, ਸਹਿ ਆ ਜਿਹੜਾ ਉਹ ਮੈਂ ਅਰਗਾ ਸੀਗਾ, ਇਸ ਤਰ੍ਹਾਂ ਸੀਗਾ ਸ਼ਾਰਦਾ ਦੇ ਵਿੱਚ ਆਹ ਸੀਗਾ, ਅਤੇ ਗੁਰਮੁਖੀ ਦੇ ਵਿੱਚ ਇਹਦੇ ਵਿੱਚ ਸਿਰ ਰੇਖਾ ਖਿੱਚਤੀ ਹੈ, ਸਹਿ ਬਣਾਤਾ ਇਹਨੂੰ। ਸ਼ਾਰਦਾ ਅਤੇ ਪ੍ਰਥਮ ਗੁਰਮੁਖੀ ਵਿੱਚ ਤੀਰੇ ਸੰਯੁਕਤ ਅੱਖਰ ਲਿਖਣ ਦੀ ਪ੍ਰਥਾ ਸੀਗੀ, ਦੇਖ ਲਓ ਸ਼ਾਰਦਾ ਅਤੇ ਪ੍ਰਥਮ ਗੁਰਮੁਖੀ ਦੇ ਵਿੱਚ ਤੀਰੇ ਤੀਰੇ ਸੰਯੁਕਤ ਅੱਖਰ, ਦੁੱਤ ਅੱਖਰ ਪੰਜਾਬੀ ਦੇ ਵਿੱਚ, ਵਰਤਮਾਨ ਦੇ ਵਿੱਚ ਤਿੰਨ ਦੁੱਤ ਅੱਖਰ ਹੈ, ਹਾਹਾ ਰਾਰਾ ਅਤੇ ਵਾਵਾ, ਹੈ ਨਾ, ਅਤੇ 16ਵੀਂ ਸਦੀ ਦੇ ਵਿੱਚ ਦੇਖ ਲਓ ਇਹਦੇ ਸਮੇਂ ਵਿੱਚ ਹਾਹਾ ਰਾਰਾ ਅਤੇ ਵਾਵਾ ਤਾਂ ਸੀਗਾ ਹੀ, ਯਈਆ ਵੀ ਸੰਯੁਕਤ ਅੱਖਰ ਵਰਤਿਆ ਜਾਂਦਾ ਸੀਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਿਆ ਹੋਇਆ ਯਈਆ ਸੰਯੁਕਤ ਅੱਖਰ, ਚਾਰ ਵਰਤੇ ਜਾਂਦੇ ਸੀਗੇ ਗੁਰਮੁਖੀ ਲਿਪੀ ਵਿਕਾਸ ਦੇ ਪਹਿਲੇ ਪੜਾਅ ਦੇ ਵਿੱਚ,
ਚਾਰ ਜਿਹੜੇ ਸੀਗੇ ਸ਼ਿੰਗੁਕ ਤੱਕਰ ਵਰਤੇ ਜਾਂਦੇ ਸੀ। ਯਈਆ ਉਸ ਤੋਂ ਬਾਅਦ ਹੌਲੀ ਹੌਲੀ ਪ੍ਰਚਲਨ ਖਤਮ ਹੋ ਗਿਆ ਯਈਏ ਨੂੰ ਲਿਖਣ ਦਾ। ਯਈਏ ਦੀ ਜਗ੍ਹਾ ਤੁਹਾਨੂੰ ਪਤਾ ਹੀ ਆ, ਈੜੀ ਨੇ ਲੈ ਲਈ ਸੀਗੀ ਫਿਰ ਹੌਲੀ ਹੌਲੀ। ਇਸ ਕਰਕੇ ਆ ਰਾਰਾ ਅਤੇ ਵਾਵਾ, ਇਹ ਤਿੰਨ ਆ ਜਿਹੜੇ ਇਹ ਸਾਡੇ, ਇਹਨਾਂ ਨੂੰ ਦੁੱਤ ਅੱਖਰ, ਸੰਯੁਕਤ ਅੱਖਰ, ਜੁੜਵੇਂ ਅੱਖਰ ਵੀ ਆਪਾਂ ਕਹਿ ਦਿੰਦੇ ਇਹਨਾਂ ਨੂੰ, ਹੈ ਨਾ। ਤਿੰਨਾਂ ਨੂੰ ਇਹ ਪੈਰਾਂ ਦੇ ਵਿੱਚ ਆਉਂਦੇ ਆ ਮੂਲ ਅੱਖਰਾਂ ਦੇ। ਹਾਂ, ਉਸ ਤੋਂ ਬਾਅਦ ਅਗਲੀ ਗੱਲ ਦੇਖੋ, ਇਹ ਸਾਰੀਆਂ ਗੱਲਾਂ ਕਿਹਨੇ ਲਿਖੀਆਂ? ਸਰਦਾਰ ਜੀਬੀ ਸਿੰਘ ਦੀ ਖੋਜ 'ਤੇ ਆਧਾਰਿਤ ਹੈ, ਧਿਆਨ ਰੱਖਣਾ ਤੁਸੀਂ। ਸ਼ਾਰਦਾ ਵਿੱਚ ਨਾਸਕੀ ਲਈ ਕੇਵਲ ਬਿੰਦੀ ਸੀਗੀ ਬਾਈ, ਪਰ 16ਵੀਂ 17ਵੀਂ ਦੇ ਵਿੱਚ ਟਿੱਪੀ ਵੀ ਆਪਣੇ ਮਤਲਬ ਰੂਪ ਦੇ ਵਿੱਚ ਆ ਗਈ ਸੀ। ਹੁਣ ਆ ਗਿਆ ਦੂਜਾ ਪੜਾਅ 19ਵੀਂ ਅਤੇ 20ਵੀਂ ਸਦੀ ਦੇ ਵਿੱਚ। ਤੁਹਾਨੂੰ ਪਤਾ ਹੀ ਹੈ, ਨਵੀਨ ਵਰਗ ਜੋੜ ਕੇ 41 ਅੱਖਰ ਬਣਾ ਲਏ ਸੀ, ਪਹਿਲਾਂ 35 ਸੀ। ਕਾਹਨ ਸਿੰਘ ਨਾਭਾ ਕਹਿੰਦਾ, ਕਾਹਨ ਸਿੰਘ ਨਾਭਾ ਨੇ ਮਹਾਨ ਕੁਛ ਲਿਖਿਆ, ਤੁਹਾਨੂੰ ਪਤਾ ਹੀ ਹੈ, ਹੈ ਨਾ। ਕਾਹਨ ਸਿੰਘ ਨਾਭਾ ਗੁਰਮੁਖੀ ਟਾਈਪ, ਉਹ ਕਹਿੰਦਾ ਵੀ ਸਭ ਤੋਂ ਪਹਿਲਾਂ ਲੁਧਿਆਣੇ ਦੇ ਪਾਦਰੀਆਂ ਨੇ 1845 ਦੇ ਵਿੱਚ ਤਿਆਰ ਕੀਤਾ ਗੁਰਮੁਖੀ ਟਾਈਪ। ਮਤਲਬ ਕੀ ਹੈ ਵੀ ਗੁਰਮੁਖੀ ਦੇ ਵਿੱਚ ਪ੍ਰਿੰਟ ਕਿਸੇ ਕਿਤਾਬ ਦਾ, ਕਿਸੇ ਮੰਨ ਲਓ ਕਿਸੇ ਅਖਬਾਰ ਦਾ, ਮੈਗਜ਼ੀਨ ਦਾ। ਅਤੇ ਪਹਿਲੀ ਪੁਸਤਕ ਉਹ ਕਹਿੰਦਾ ਕਿਹੜੀ ਸੀਗੀ? ਐਡੀਓਮੈਟਿਕ ਸੈਂਟੈਂਸਿਸ ਇਨ ਪੰਜਾਬੀ। ਪੰਜਾਬੀ ਦੇ ਵਿੱਚ ਉਹ ਕੋਈ ਜੋ ਵੀ ਹੈ, ਹੁਣ ਇੰਨੀ ਇੰਗਲਿਸ਼ ਤਾਂ ਮੈਨੂੰ ਆਉਂਦੀ ਨਹੀਂ ਇਹਦੀ, ਹੁਣ ਬਣਾਉਣੀ ਨਹੀਂ ਆਉਂਦੀ ਮੈਨੂੰ ਪੰਜਾਬੀ ਕੀ ਹੈ, ਜੋ ਵੀ ਹੈ। ਉਹ ਕਹਿੰਦਾ ਕਾਹਨ ਸਿੰਘ ਨਾਭਾ ਨੇ ਕਹਿੰਦਾ ਵੀ ਆਹ ਪੁਸਤਕ ਹੈ ਜਿਹੜੀ ਸਭ ਤੋਂ ਪਹਿਲਾਂ ਇਹ ਪ੍ਰਿੰਟ ਕੀਤੀ ਗਈ ਸੀ ਗੁਰਮੁਖੀ ਲਿਪੀ ਦੇ ਵਿੱਚ। ਪਰ ਧਿਆਨ ਰੱਖਣਾ ਤੁਸੀਂ ਗੱਲ, ਕਾਹਨ ਸਿੰਘ ਨਾਭੇ ਦੀ ਗੱਲ ਤਾਂ ਵਿਚਾਰੇ ਨੇ ਇਹਨੇ ਤਾਂ ਐਵੇਂ ਹੀ ਲਿਖਤੀ, ਪਤਾ ਨਹੀਂ ਕਿੱਥੋਂ ਚੱਕ ਕੇ। ਅਸਲੀ ਗੱਲ ਹੈ ਜਿਹੜੀ ਇਹ ਡਾਕਟਰ ਹਰਨਾਮ ਸਿੰਘ ਸ਼ਾਨ ਦੀ ਹੈ, ਇਹ ਗੱਲ ਤੁਸੀਂ ਚੇਤੇ ਰੱਖਣੀ। ਕਾਹਨ ਸਿੰਘ ਨਾਭਾ ਦੀ ਗੱਲ ਵੀ ਚੇਤੇ ਰੱਖਣੀ ਹੈ, ਚਾਹੇ ਉਹਨਾਂ ਦੀ ਗੱਲ ਪੂਰੀ ਦਰੁਸਤ ਨਹੀਂ ਹੈ, ਪਰ ਕੋਈ ਦਿੱਕਤ ਨਹੀਂ। ਹਰਨਾਮ ਸਿੰਘ ਸ਼ਾਨ ਦੀਆਂ ਗੱਲਾਂ ਸੁਣੋ। ਉਹ ਕਹਿੰਦਾ ਜੀ, ਗੁਰਮੁਖੀ ਟਾਈਪ ਨੂੰ ਸਭ ਤੋਂ ਪਹਿਲੀ ਵਾਰ ਬੰਗਾਲ ਦਾ ਇੱਕ ਲੁਹਾਰ ਸੀ ਪੰਚਾਨਣ ਅਤੇ ਮਨੋਹਰ, ਉਹਨਾਂ ਨੇ ਗੁਰਮੁਖੀ ਲਿਪੀ ਦਾ ਟਾਈਪ, ਜਿਹੜਾ ਟਾਈਪਿਸਟ ਹੁੰਦੇ ਆ, ਟਾਈਪ ਤਿਆਰ ਕੀਤਾ ਸਭ ਤੋਂ ਪਹਿਲਾਂ, ਅੱਖਰ ਟਾਈਪ ਹੋਣੇ ਸਭ ਤੋਂ ਪਹਿਲਾਂ ਕਿਹਨਾਂ ਨੇ? ਬੰਗਾਲ ਦੇ ਲੁਹਾਰ ਸੀਗੇ ਪੰਚਾਨਣ ਅਤੇ ਮਨੋਹਰ। ਹਿੰਦੁਸਤਾਨ ਦੇ ਵਿੱਚ ਗੁਰਮੁਖੀ ਲਿਪੀ ਦਾ, ਗੁਰਮੁਖੀ ਟਾਈਪ ਦਾ ਜਿਹੜਾ ਮਤਲਬ ਕਿ ਆਵਿਸ਼ਕਾਰ ਹੋਇਆ, ਉਹ ਸੀਰਮਪੁਰ ਬੰਗਾਲ ਦੇ ਵਿੱਚ ਹੋਇਆ। ਤੁਸੀਂ ਮੰਨ ਲਓ ਕਿ ਜੇ ਤੁਹਾਡੇ ਤੁਸੀਂ ਹਿਸਟਰੀ ਪੜ੍ਹਦੇ ਹੋ, ਸੀਰਮਪੁਰ ਤਰਈ ਬਾਰੇ ਪੜ੍ਹੋਗੇ, ਹੈ ਨਾ, ਤੁਸੀਂ ਜਦੋਂ ਤੁਸੀਂ ਉਹ ਅੰਦੋਲਨ ਸ਼ੁਰੂ ਕਰੋਗੇ ਤਾਂ ਉਦੋਂ ਸੀਰਮਪੁਰ ਤਰਈ, ਹੈ ਨਾ, ਆਪਾਂ ਪੜ੍ਹਦੇ ਹਾਂ ਇੱਕ ਸੀਰਮਪੁਰ ਤਰਈ, ਕਈ ਸੀਰਮਪੁਰ ਤਰਈ ਲਿਖਿਆ ਹੁੰਦਾ, ਹਾਂ ਉਦੋਂ ਪੜ੍ਹਦੇ ਹਾਂ ਆਪਾਂ, ਉਹ ਹੀ ਆ ਇਹ ਸੀਰਮਪੁਰ ਬੰਗਾਲ। ਗੁਰਮੁਖੀ ਟਾਈਪ ਨੂੰ ਸਭ ਤੋਂ ਪਹਿਲੀ ਵਾਰ ਡਾਕਟਰ ਕੈਰੀ ਨੇ ਵਰਤਿਆ ਸੀ, ਡਾਕਟਰ ਵਿਲੀਅਮ ਕੈਰੀ ਸੀ ਨਾਮ ਇਹਦਾ, ਅਤੇ ਸਭ ਤੋਂ ਪਹਿਲੀ ਛਪੀ ਪੁਸਤਕ ਸੀ ਨਵੀਂ ਸ਼ਾਖ ਪੰਜਾਬੀ ਨਿਊ ਟੈਸਟਾਮੈਂਟ। ਉਹ ਜਿਵੇਂ ਹੈਗੀ ਹੈ ਨਾ ਆਪਣੇ ਯੂਰਪੀਅਨ ਜਿਹੜੇ ਹੈਗੇ ਆ ਯੀਸ਼ੂ ਮਸੀਹ ਨੂੰ ਮੰਨਦੇ ਜਿਹੜੇ ਅੰਗਰੇਜ਼ ਲੋਕ, ਉਹਨਾਂ ਦੀ ਨਿਊ ਟੈਸਟਾਮੈਂਟ ਅਤੇ ਓਲਡ ਟੈਸਟਾਮੈਂਟ ਦੋ ਪੁਸਤਕਾਂ, ਹੈ ਨਾ। ਸੋ ਸਭ ਤੋਂ ਪਹਿਲੀ ਪੁਸਤਕ ਹੈ ਜਿਹੜੀ ਉਹ ਹਰਨਾਮ ਸਿੰਘ ਸ਼ਾਨ ਕਹਿੰਦਾ ਵੀ ਨਵੀਂ ਸ਼ਾਖ ਪੰਜਾਬੀ ਦੇ ਵਿੱਚ ਛਪੀ, ਜਿਹਦਾ ਅੰਗਰੇਜ਼ੀ 'ਚ ਨਾਮ ਪੰਜਾਬੀ ਨਿਊ ਟੈਸਟਾਮੈਂਟ। ਗੁਰਮੁਖੀ ਟਾਈਪ ਸਭ ਤੋਂ ਪਹਿਲਾਂ ਡਾਕਟਰ ਕੈਰੀ ਨੇ ਵਰਤਿਆ। ਹੁਣ ਇੱਥੇ ਦੇਖ ਲਓ, ਕਾਹਨ ਸਿੰਘ ਨਾਭਾ ਕਹਿੰਦਾ ਵੀ ਲੁਧਿਆਣੇ ਦੇ ਵਿੱਚ ਤਿਆਰ ਹੋਇਆ ਗੁਰਮੁਖੀ ਟਾਈਪ, ਪਰ ਹਰਨਾਮ ਸਿੰਘ ਸ਼ਾਨ ਦੀ ਗੱਲ ਬਿਲਕੁਲ ਦਰੁਸਤ ਹੈ, ਉਹ ਕਹਿੰਦਾ ਵੀ ਬੰਗਾਲ ਦੇ ਵਿੱਚ ਤਿਆਰ ਹੋਇਆ ਸੀਰਮਪੁਰ ਬੰਗਾਲ ਦੇ ਵਿੱਚ। ਸੀਰਮਪੁਰ ਦੇ ਤਿੰਨ ਪਾਦਰੀ ਸੀ, ਉਹਨਾਂ ਨੂੰ ਤਰਈ, ਸੀਰਮਪੁਰ ਤਰਈ ਕਹਿੰਦੇ ਸੀ, ਹੈ ਨਾ, ਤੁਸੀਂ ਸੁਣਿਆ ਇਤਿਹਾਸ ਦੇ ਵਿੱਚ, ਪੜ੍ਹਿਆ ਹੀ ਹੋਣਾ, ਮੈਨੂੰ ਕਾਫੀ ਟਾਈਮ ਹੋ ਗਿਆ ਇਹਨੂੰ ਪੜ੍ਹੇ ਨੂੰ। ਲਓ ਜੀ, ਗੁਰਮੁਖੀ ਲਿਪੀ ਦੇ ਨਿਕਾਸ, ਵਿਕਾਸ, ਜਨਮ, ਵਿਸ਼ੇਸ਼ਤਾਵਾਂ ਬਾਰੇ ਜਿਹੜੀਆਂ ਗੱਲਾਂ ਸੀ ਉਹ ਸਾਰੀਆਂ ਕਲੀਅਰ ਕਰਤੀਆਂ ਮੈਂ। ਤੁਹਾਡਾ ਪ੍ਰਸ਼ਨ ਬਣੂਗਾ ਅਤੇ ਇਹਦੇ ਵਿੱਚੋਂ ਹੀ ਬਣੂਗਾ, ਕੰਸੈਪਟ ਤੁਸੀਂ ਕਲੀਅਰ ਰੱਖਣੇ ਆ, ਠੀਕ ਹੈ। ਜ਼ਿਆਦਾ ਇਹਦੇ ਵਿੱਚ ਨਹੀਂ, ਜ਼ਿਆਦਾ ਨਹੀਂ ਸੋਚਣਾ, ਜਸਟ ਕੀਪ ਇਟ ਸਿੰਪਲ ਅਤੇ ਬਸ ਜੋ ਜਿਵੇਂ ਹੈ ਉਸ ਨੂੰ ਉਵੇਂ ਹੀ ਤਿਆਰ ਕਰਨਾ। ਵੀਡੀਓ ਤੁਸੀਂ, ਤੁਹਾਨੂੰ ਪਤਾ ਹੀ, ਤੁਸੀਂ ਜਿੰਨੀ ਵਾਰੀ ਮਰਜ਼ੀ ਦੇਖੀ ਜਾਇਓ। ਹਾਂ, ਇਹ ਆ ਜਿਹੜਾ, ਇਹ ਫਸਟ ਗ੍ਰੇਡ ਵਾਸਤੇ ਵੀ ਹੈ ਅਤੇ ਸੈਕਿੰਡ ਗ੍ਰੇਡ ਵਾਸਤੇ ਵੀ ਹੈ। ਅਗਲੀ ਕਲਾਸ ਲੈ ਕੇ ਜਲਦੀ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਰੱਬ ਰਾਖਾ।